ਪਹਿਲਾਂ ਵਾਂਗੂ ਮੰਜੇ ਡਹਿਣ ਦਲਾਨਾਂ ਵਿੱਚ, ਹੁਣ ਨਾ ਪਹਿਲਾਂ ਵਾਂਗੂ ਮੰਜੇ ਡਹਿਣ ਦਲਾਨਾਂ ਵਿੱਚ। ਅੱਜ ਕੱਲ੍ਹ ਇਕੱਲਾ ਇਕੱਲਾ ਬੰਦਾ ਇਕੱਲੇ ਕਮਰੇ ਵਿੱਚ ਪੈਂਦਾ ਏ, ਹੁਣ ਨਾ ਪਚਦਾ ਖਾਣਾ ਅੱਜ ਕੱਲ੍ਹ ਪੀਜੇ ਬਰਗਰ ਦਾ, ਬਣਿਆ ਪਿਆ ਤਜ਼ਾਬ ਮੇਰੇ, ਇਹ ਹਰ ਕੋਈ ਕਹਿੰਦਾ ਏ। ਨਾ ਉਹ ਰਹੇ ਸਰੀਰ ਨਾ ਖੁਰਾਕਾਂ ਰਹੀਆਂ ਨੇ, ਨਾ ਉਹ ਰਹੇ ਸਰੀਰ ਨਾ ਖੁਰਾਕਾਂ ਰਹੀਆਂ ਨੇ। ਅੱਜ ਕੱਲ੍ਹ ਖਾਣੇ ਪਿੱਛੋਂ ਹਰ ਕੋਈ ਗੋਲੀਆਂ ਖਾਂਦਾ ਏ, ਅੱਜ ਕੱਲ੍ਹ ਖਾਣੇ ਪਿੱਛੋਂ ਹਰ ਕੋਈ ਗੋਲੀਆਂ ਲੈਂਦਾ ਏ। ਜੀ, ਮੈਂ ਹਾਂ ਜਗਤਾਰ ਸਿੰਘ ਜੱਗੀ, ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਸ਼ੋਅ ਆਪਾਂ ਲਾਈਵ ਕਰ ਰਹੇ ਹਾਂ, ਗੱਲਾਂ ਬਾਤਾਂ ਕੋਸ਼ਿਸ਼ ਕਰਾਂਗੇ ਥੋੜ੍ਹਾ ਬਹੁਤ ਹੱਸਣ ਹਸਾਉਣ ਦੀ ਵੀ, ਪਰ ਉੱਦਾਂ ਓਵਰਆਲ ਦੇਖਿਆ ਜਾਵੇ ਤਾਂ ਕਰੋਨਾ ਦਾ ਜਿਹੜਾ ਰੌਲਾ ਹੈਗਾ ਉਹ ਚਾਰ ਚੁਫੇਰੇ ਪਿਆ ਹੋਇਆ। ਇੱਥੇ ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਹੋ ਗਿਆ, ਨਿਊਜਰਸੀ ਦੇ ਵਿੱਚ ਦੇਖ ਰਹੇ ਸੀ ਕੋਸਕੋ ਦੀ ਵੀਡੀਓ ਕਿ ਉੱਥੇ ਅੰਦਰ ਜਾਣ ਨਹੀਂ ਦਿੰਦੇ, ਬਾਹਰਲੇ ਗੇਟ 'ਤੇ ਪੁਲਿਸ ਨੇ ਬੈਰੀਅਰ ਲਾਇਆ ਹੋਇਆ। ਇੱਥੇ ਵੀ ਅੱਜ ਇੱਕ ਦੋ ਸਟੋਰਾਂ 'ਤੇ ਜਾ ਕੇ ਆਏ, ਸਮਾਨ ਮਿਲਦਾ ਨਹੀਂ ਸੀ। ਪਰ ਹੈਰਾਨੀ ਵਾਲੀ ਗੱਲ ਜਿਹੜੀ ਮੈਨੂੰ ਇਹ ਲੱਗੀ, ਠੀਕ ਹੈ ਪ੍ਰੋਬਲਮ ਆਈ ਹੈ ਪੂਰੀ ਦੁਨੀਆ ਦੇ ਵਿੱਚ ਆਈ ਹੈ, ਹੈਰਾਨੀ ਵਾਲੀ ਗੱਲ, ਔਰ ਪੂਰੀ ਦੁਨੀਆ ਦੇ ਵਿੱਚ ਹੀ ਇਹ ਗੱਲ ਹੈਰਾਨੀ ਵਾਲੀ ਲੱਗੀ, ਚਾਹੇ ਉਹ ਕੈਲੀਫੋਰਨੀਆ, ਚਾਹੇ ਆਸਟ੍ਰੇਲੀਆ ਆ, ਚਾਹੇ ਆਪਣਾ ਅਮੈਰੀਕਾ ਆ, ਚਾਹੇ ਈਸਟ ਕੋਸਟ ਆ। ਇਹ ਕਿਸੇ ਵੀ ਸਟੋਰ ਦੇ ਵਿੱਚ ਮਿਲ ਜਾਓ, ਚਲੇ ਜਾਓ, ਉੱਥੇ ਦੋ ਚੀਜ਼ਾਂ ਦੀ ਜਿਹੜੀ ਦਿੱਕਤ ਆਉਂਦੀ ਹੈ ਵੀ ਦੋ ਚੀਜ਼ਾਂ ਨਹੀਂ ਮਿਲਦੀਆਂ, ਬਾਕੀ ਸਾਰਾ ਕੁਝ ਮਿਲ ਜਾਂਦਾ। ਇੱਕ ਤਾਂ ਟੋਇਲਟ ਪੇਪਰ, ਇੱਕ ਨੈਪਕਿਨ ਪੇਪਰ, ਪਾਣੀ ਵੀ ਚਲੋ ਨਹੀਂ ਮਿਲਦਾ, ਹੋਰ ਵੀ ਸਮਾਨ ਹੋਏਗਾ ਜਿਹੜਾ ਨਹੀਂ ਮਿਲਦਾ ਹੋਏਗਾ। ਪਰ ਮੈਨੂੰ ਇਹ ਨਹੀਂ ਸਮਝ ਆਈ ਵੀ ਟੋਇਲਟ ਪੇਪਰ ਦਾ ਇਸ ਕਰੋਨਾ ਵਾਇਰਸ ਨਾਲ ਕੀ ਸੰਬੰਧ ਹੈ। ਕਿਤੇ ਲੋਕਾਂ ਨੂੰ ਇੱਧਰਲੇ ਮੁਲਕਾਂ ਦੇ ਨੂੰ ਇਹ ਤਾਂ ਨਹੀਂ ਕਿਹਾ ਹੋਇਆ ਵੀ ਜੇ ਤੁਸੀਂ ਟੋਇਲਟ ਪੇਪਰ ਸਟੋਰਾਂ ਦੇ ਵਿੱਚੋਂ ਸਾਰਾ ਚੱਕ ਦੋਗੇ ਤਾਂ ਕਰੋਨਾ ਵਾਇਰਸ ਖਤਮ ਹੋ ਜੂ। ਔਰ ਇਹਦੇ 'ਚ ਕਿਤੇ ਨਾ ਕਿਤੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੰਪਨੀਆਂ ਦੀ ਵੀ ਚਾਲ ਹੋ ਸਕਦੀ, ਵੱਡੀਆਂ ਕੰਪਨੀਆਂ ਦੀ, ਜਿਹੜਾ ਮਾਲ ਉਹਨਾਂ ਦਾ ਪਿਛਲੇ 10 ਸਾਲ 'ਚ ਨਹੀਂ ਵਿਕਿਆ ਹੋਣਾ ਉਹ ਹੁਣ ਕਰੋਨਾ ਵਾਇਰਸ ਦੇ ਅਧੀਨ ਰੌਲਾ ਰੱਪਾ ਪਾ ਕੇ ਵਿਕ ਜਾਣਾ। ਸੋ ਧਿਆਨ ਰੱਖਣ ਦੀ ਲੋੜ ਹੈ, ਡਰਨ ਦੀ ਲੋੜ ਨਹੀਂ ਹੈਗੀ। ਇਹ ਤਾਂ ਜੇ ਡਰਿਆ ਹੋਇਆ ਤਾਂ ਕੀ ਹੋਣਾ। ਮੈਂ ਗੱਲ ਇੱਕ ਮੈਨੂੰ ਚੇਤੇ ਆ ਗਈ, ਕਾਫੀ ਵੈਸੇ ਤਾਂ ਦੁੱਖ ਦੀ ਗੱਲ ਹੈ, ਕਾਫੀ ਮੌਤਾਂ ਹੋਈਆਂ ਨੇ, ਪਰ ਗੱਲ ਮੈਨੂੰ ਜਿਹੜੀ ਇੱਕ ਚੇਤੇ ਤੁਹਾਡੇ ਨਾਲ ਸਾਂਝੀ ਕਰ ਲਵਾਂ। ਕਹਿੰਦੇ ਵੀ ਕਿਸੇ ਪਿੰਡ ਦੇ ਵਿੱਚ ਕੋਈ ਫਕੀਰ ਰਹਿੰਦਾ ਸੀਗਾ ਅਤੇ ਫਕੀਰ ਕੋਲ ਹੋਣੀ ਆਈ ਇੱਕ ਦਿਨ ਮੌਤ ਆਈ, ਕਹਿੰਦੀ ਵੀ ਕੱਲ੍ਹ ਨੂੰ ਮੈਂ ਤੇਰੇ ਪਿੰਡ ਦੇ ਵਿੱਚੋਂ 150 ਬੰਦਾ ਚੱਕ ਕੇ ਲੈ ਜਾਣਾ। ਉਹ ਕਹਿੰਦਾ ਵੀ ਚਲੋ ਉਹਨਾਂ ਦੀ ਆਈ ਹੋਊਗੀ, ਜਿੱਦਾਂ ਅਚਾਨਕ ਇੱਦਾਂ ਹੋਇਆ ਸਾਰਾ ਕੁਛ, ਕੁਛ ਨਾ ਕੁਛ ਅਣਹੋਣੀ ਵਾਪਰੂਗੀ, ਚੱਲ ਜੂਗੀ। ਤੂੰ ਅਗਲੇ ਦਿਨ ਦੇਖਿਆ ਫਕੀਰ ਨੇ ਅਤੇ 400 ਬੰਦਾ ਉਹਨੇ ਮੂਹਰੇ ਲਾ ਹੋਇਆ, ਹੋਣੀ ਨੇ ਮੌਤ ਨੇ ਅਤੇ ਤੁਰੀ ਜਾਵੇ ਲੈ ਕੇ। ਅਤੇ ਫਕੀਰ ਨੇ ਪੁੱਛਿਆ ਵੀ ਚੱਲ ਝੂਠੀ ਨਾ ਹੋਵੇ, ਤਾਂ ਤੂੰ ਤਾਂ ਕਹਿੰਦੀ ਸੀ 150 ਬੰਦਾ ਲੈ ਜਾਣਾ, ਇਹ ਤਾਂ 400 ਲਈ ਜਾਂਦੀ ਹੈ। ਉਹ ਕਹਿੰਦੀ ਮੈਂ ਤਾਂ 150 ਹੀ ਲਈ ਸੀ, ਮੈਂ ਤਾਂ ਜਿਹੜੀ ਫਲਾਈ ਸੀ ਬਿਮਾਰੀ ਜਾਂ ਕੁਛ ਕਰਿਆ ਸੀ ਜਾਂ ਵਾਇਰਸ ਫਲਾਇਆ ਸੀ, ਮੈਂ ਤਾਂ 150 ਦਾ ਹੀ ਫਲਾਇਆ ਸੀਗਾ, ਬਾਕੀ 250 ਦਾ ਡਰ ਨਾਲ ਹੀ ਮਰ ਗਿਆ। ਕਹਿੰਦੀ ਉਹ ਤਾਂ ਊਂ ਹੀ ਨਾਲ ਤੁਰ ਪਿਆ ਮੇਰੇ। ਸੋ ਅੱਜ ਕੱਲ੍ਹ ਅਸੀਂ ਡਰੇ ਜ਼ਿਆਦਾ ਹੋਏ ਹਾਂ ਬਜਾਏ ਡਰਨ ਦੇ। ਸਾਨੂੰ ਜ਼ਰੂਰਤ ਹੈ ਬਸ ਇਤਿਆਦ ਰੱਖਣ ਦੀ, ਇਤਿਆਦ ਤੋਂ ਭਾਵ ਇਹ ਵੀ ਧਿਆਨ ਰੱਖਣ ਦੀ ਥੋੜ੍ਹੀ ਜਿਹੀ ਲੋੜ ਹੈਗੀ ਹੈ, ਜਿਵੇਂ ਸਾਰੇ ਕਹਿੰਦੇ ਹਾਂ ਮੁੱਦਾ ਦੇ ਵਿੱਚ ਵੀ ਇਹੀ ਸਾਰੀ ਗੱਲਬਾਤ ਹੋਈ ਹੈ। ਸੋ ਇਹ ਨਾ ਹੋਵੇ ਵੀ ਉਹ ਲਿਖੀ ਤਾਂ ਹੋਵੇ 150 ਦੀ ਅਤੇ ਆਪਾਂ 400 ਮਗਰ ਮਗਰ ਹੋ ਤੁਰੀਏ ਵੀ ਨਹੀਂ ਯਾਰ ਅਸੀਂ ਤਾਂ ਸਾਡਾ ਕੁਛ ਬਣਨਾ ਨਹੀਂ। ਚਲੋ ਖੈਰ, ਆਪਾਂ ਅੱਜ ਵੀਡੀਓ ਅਤੇ ਫੋਟੋਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਉਹਨਾਂ ਵਾਲੇ ਪਾਸੇ ਚੱਲਦੇ ਹਾਂ। ਫੇਸਬੁੱਕ ਡਾਕੀਆ ਜਿਹੜਾ ਉਹ ਕਾਫੀ ਕੁਛ ਲੈ ਕੇ ਆਉਂਦਾ ਸਾਡੇ ਵਾਸਤੇ, ਜੋ ਸਾਡਾ ਥੋੜ੍ਹਾ ਬਹੁਤ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦਾ। ਫੇਸਬੁੱਕ ਡਾਕੀਆ ਅੱਜ ਜਿਹੜੀ ਪਹਿਲੀ ਫੋਟੋ ਲਿਆ ਜੀ, ਉਹ ਕਹਿੰਦਾ ਵੀ ਇੱਕ ਪਹਿਲਾਂ ਪੁਰਾਣਾ ਗਾਣਾ ਹੁੰਦਾ ਸੀ ਪੰਜਾਬ ਦੇ ਵਿੱਚ ਬੜਾ ਹਿੱਟ, ਕਿ ਤੇਰੀ ਫੀਡ 'ਤੇ ਜੇਠ ਨਜ਼ਾਰੇ ਲੈਂਦਾ। ਕੋਈ ਬੰਦਾ ਬਾਹਰ ਅੰਦਰ ਗਿਆ ਹੋਣਾ ਜਾਂ ਫੌਜੀ ਹੋਊਗਾ, ਫੀਡ ਲੈ ਕੇ ਘਰੇ ਖੜਾ ਗਿਆ ਅਤੇ ਜੇਠ ਉਹਦਾ ਫੀਡ 'ਤੇ ਫੀਡ ਚਲਾਉਂਦਾ ਹੋਏਗਾ ਅਤੇ ਉਹਦੀ ਘਰਵਾਲੀ ਫਿਰ ਕਹਿੰਦੀ ਹੈ ਵੀ ਜੇਠ ਫੀਡ ਲਈ ਫਿਰਦਾ। ਖੈਰ, ਗਾਣਾ ਇੱਦਾਂ ਦਾ ਆਇਆ ਸੀਗਾ, ਕਾਫੀ ਮਸ਼ਹੂਰ ਹੋਇਆ ਸੀ, ਪਰ ਜਿਹੜੀ ਫੋਟੋ ਤੁਹਾਨੂੰ ਦਿਖਾਉਣ ਲੱਗੇ ਹਾਂ ਉੱਥੇ ਐਂ ਲੱਗਦਾ ਵੀ ਗਾਣਾ ਥੋੜ੍ਹਾ ਚੇਂਜ ਕਰਨਾ ਪੈਣਾ, ਵੀ ਤੇਰੀ ਫੀਡ 'ਤੇ ਜਠਾਣੀ ਨਜ਼ਾਰੇ ਲੈਂਦੀ। ਦੇਖੋ ਜ਼ਰਾ ਫੋਟੋ, ਔਰ ਫੀਡ ਖੜ੍ਹੀ ਹੈ ਅਤੇ ਉੱਤੇ ਜਠਾਣੀ ਨੇ ਲੱਗਦਾ ਵੀ ਪਾਸੀਆਂ ਲਾਈਆਂ ਹੋਈਆਂ ਪੂਰੀਆਂ। ਸੋ ਇਹ ਆਮ ਕਿਸੇ ਪਿੰਡ ਦੀ ਗੱਲ ਹੋ ਸਕਦੀ ਹੈ, ਕਿਉਂਕਿ ਉਹਨਾਂ ਨੇ ਕਿਹਾ ਵੀ ਕਈਆਂ ਦੇ ਘਰ ਹੁੰਦਾ ਵੀ ਪਹਿਲੀ ਚੀਜ਼ ਹੈਗੀ ਸਕੂਟਰ ਆ ਜਾਂ ਮੋਟਰਸਾਈਕਲ, ਚਾਹੇ ਕਾਰ ਹੈ ਅਤੇ ਵੇਚਣੀ ਨਹੀਂ ਹੈਗੀ, ਇਹ ਸਾਡੇ ਵਾਸਤੇ ਲੱਕੀ ਹੈ। ਅਤੇ ਫਿਰ ਉਦੋਂ ਕੰਮ ਕੀ ਲੈਣਾ, ਕੋਈ ਕੰਮ ਤਾਂ ਲੈਣਾ ਹੀ ਪੈਣਾ ਨਾ। ਹੁਣ ਚੱਲ ਇਹ ਹੈ ਵੀ ਇੱਥੇ ਪਾਥੀਆਂ ਥੋੜ੍ਹੀਆਂ ਜਿਹੀਆਂ ਛੇਤੀ ਸੁੱਕ ਜਾਂਦੀਆਂ ਹੋਣਗੀਆਂ ਅਤੇ ਬੀਬੀਆਂ ਖੁਸ਼ ਹੋ ਜਾਂਦੀਆਂ। ਭਾਅ ਜੀ, ਅਗਲੀ ਜਿਹੜੀ ਫੋਟੋ ਹੈ ਉਹ ਵੀ ਬੜੀ ਕਸੂਤੀ ਜਿਹੀ ਫੋਟੋ ਆ। ਵੈਸੇ ਤਾਂ ਹਰ ਬੰਦਾ ਸੋਚਦਾ ਉੱਥੇ ਜਾਣ ਤੋਂ ਡਰਦਾ ਵੀ ਉੱਥੇ ਪਰਮਾਤਮਾ ਨਾ ਹੀ ਲੈ ਕੇ ਜਾਵੇ, ਵੱਧ ਤੋਂ ਵੱਧ ਸਮਾਂ ਧਰਤੀ 'ਤੇ ਰਹੀਏ, ਜਿਉਂਦੇ ਰਹੀਏ। ਪਰ ਇਸ ਫੋਟੋ ਦੇ ਵਿੱਚ ਇਹ ਦੇਖੋ, ਜਾਂ ਤਾਂ ਇਹ ਜਿਹੜੇ ਬੰਦੇ ਦੋ ਸੁੱਤੇ ਪਏ ਆ, ਲੱਕੜਾਂ ਲਾ ਕੇ ਜਿਹੜੀਆਂ ਹੁੰਦੀਆਂ ਜਿੱਥੇ ਆਪਾਂ ਡੈੱਡ ਬੋਡੀ ਫੂਕਦੇ ਸ਼ਮਸ਼ਾਨ ਘਾਟ ਦੇ ਵਿੱਚ,
ਲੱਕੜਾਂ ਲਾ ਕੇ ਤੇ ਉੱਪਰ ਪਏ ਨੇ ਔਰ ਪਏ ਨੇ, ਇਹ ਨਹੀਂ ਲੱਗਦਾ ਵੀ ਮੁਰਦਾ ਕੋਈ ਪਿਆ, ਸੱਚੀ ਮੁੱਚੀ ਦੇ ਬੰਦੇ ਪਏ ਨੇ ਵੀ। ਜਾਂ ਤਾਂ ਇਹ ਹੋ ਸਕਦਾ ਭਾਈ ਇਹ ਰਿਹਰਸਲ ਕਰਦੇ ਹੋਣ ਵੀ ਭਾਈ ਬਾਅਦ ਦੇ ਵਿੱਚ ਇੱਥੇ ਪਏ ਕਿਵੇਂ ਲੱਗਦੇ, ਜਿਵੇਂ ਕੋਈ ਉਹ ਸੀ ਨਾ ਕੋਈ ਜਨਾਨੀ ਅੱਖਾਂ ਬੰਦ ਕਰਕੇ ਸ਼ੀਸ਼ੇ ਮੂਹਰੇ ਖੜ੍ਹੀ ਅਤੇ ਉਹ ਘਰ ਵਾਲੇ ਨੇ ਉੱਠਿਆ ਜੋ ਜਾ ਖੁੱਲ੍ਹੀ ਅਤੇ ਘਰ ਵਾਲੀ ਅੱਖਾਂ ਬੰਦ ਕਰਕੇ ਸ਼ੀਸ਼ੇ ਮੂਹਰੇ ਖੜ੍ਹੀ ਤਾਂ ਉਹਨੇ ਪੁੱਛਿਆ ਵੀ ਭਾਈ ਅੱਖਾਂ ਬੰਦ ਕਰਕੇ ਸ਼ੀਸ਼ੇ ਵਿੱਚ ਕੀ ਦੇਖਦੀ ਹੈ। ਉਹ ਕਹਿੰਦੀ ਵੀ ਮੈਂ ਦੇਖਦੀ ਸੀ ਵੀ ਮੈਂ ਸੁੱਤੀ ਪਈ ਕਿਹੋ ਜਿਹੀ ਲੱਗਦੀ ਹਾਂ। ਸੋ ਭਾਈ ਇਹ ਵੀ ਦੇਖਦੇ ਹੋਣੇ ਵੀ ਇਸ ਲੱਕੜਾਂ ਦੇ ਉੱਪਰ ਬੰਦਾ ਪਿਆ ਕਿਹੋ ਜਿਹਾ ਲੱਗਦਾ, ਪਰ ਮੈਨੂੰ ਇਹ ਲੱਗਦਾ ਇਹ ਜਿਵੇਂ ਕਹਿੰਦੇ ਹੁੰਦੇ ਵੀ ਥੱਕ ਹਾਰ ਕੇ ਕੰਮ ਕਰਕੇ ਬੰਦੇ ਨੇ ਰੈਸਟ ਕਰਨੀ ਹੁੰਦੀ ਆ ਅਤੇ ਉਹ ਫਿਰ ਰੈਸਟ ਕਰ ਰਹੇ ਨੇ, ਜਾਂ ਫਿਰ ਇਉਂ ਹੁੰਦਾ ਕਿ ਜਦੋਂ ਅਸੀਂ ਕਿਸੇ ਚੀਜ਼ ਦੇ ਬਾਹਲੇ ਨੇੜੇ ਹੋ ਜਾਈਏ ਸਾਡੇ ਤੋਂ ਉਸ ਚੀਜ਼ ਦਾ ਡਰ ਚੱਕਿਆ ਜਾਂਦਾ। ਹੁਣ ਵਿਚਾਰੀ ਦੇ ਦਿਹਾੜੀ ਦੇ ਵਿਚਾਰੇ 10-10 ਮੁਰਦੇ ਉੱਥੇ ਫੂਕਦੇ ਹੋਣੇ, ਇਹਨਾਂ ਨੂੰ ਹੁਣ ਕਾਹਦਾ ਡਰ ਲੱਗਣਾ ਮੁਰਦਿਆਂ ਤੋਂ। ਲਓ ਜੀ, ਦੋ ਗੱਲਾਂ ਨੇ ਅਗਲੀ ਫੋਟੋ ਦੇ ਵਿੱਚ, ਇੱਕ ਤਾਂ ਹੈ ਫੈਸ਼ਨ ਦੀ ਗੱਲ, ਦੂਜੀ ਹੈ ਪਰਾਲੀ ਦੀ। ਸੋਚਣ ਵਾਲੀ ਗੱਲ ਇਹ ਹੈ ਵੀ ਫੈਸ਼ਨ ਦਾ ਅਤੇ ਪਰਾਲੀ ਦਾ ਆਪਸ ਦੇ ਵਿੱਚ ਕੀ ਮੇਲ। ਪਰਾਲੀ ਪੰਜਾਬ ਸਾੜਦੇ ਨੇ, ਸਰਕਾਰ ਸਾੜਨੀ ਦੀ ਜੁਰਮਾਨਾ ਕਰਦੀ ਆ, ਨਾ ਸਾੜਨ ਵਾਲੇ ਨੂੰ ਪੈਸੇ ਦਿੰਦੀ ਆ, ਅਤੇ ਫੈਸ਼ਨ ਦੇ ਨਾਲ ਇਹਦਾ ਕੀ ਸੰਬੰਧ ਹੈ। ਅਗਲੀ ਫੋਟੋ ਜਿਹੜੀ ਤੁਸੀਂ ਦੇਖੋਗੇ ਉਹਦੇ 'ਚ ਇਹਦਾ ਬਕਾਇਦਾ ਫੈਸ਼ਨ ਦੇ ਨਾਲ ਸੰਬੰਧ ਹੈਗਾ, ਕਿਸੇ ਫੈਸ਼ਨ ਡਿਜ਼ਾਈਨਰ ਨੇ ਡਰੈਸ ਡਿਜ਼ਾਈਨ ਕੀਤੀ ਆ ਪਰਾਲੀ ਵਾਲੀ। ਲਓ ਜੀ, ਇਹੋ ਜਿਹੀਆਂ ਡਰੈੱਸਾਂ ਡਿਜ਼ਾਈਨ ਹੋਣ ਲੱਗ ਜਾਣ ਤਾਂ ਪੰਜਾਬ ਦੇ ਵਿੱਚੋਂ ਪਰਾਲੀ ਸਾੜਨ ਦੀ ਲੋੜ ਨਹੀਂ ਪੈਣੀ। ਮਾਡਲਾਂ ਨੇ ਆ ਕੇ ਕਹਿਣਾ ਜੀ ਮੈਨੂੰ ਦੇ ਦਿਓ ਪਰਾਲੀ ਜਿਹੜੀ ਹੈਗੀ ਹੈ, 2 ਪੰਡਾਂ ਮੈਨੂੰ ਦੇ ਦਿਓ, ਉਹਨੇ ਕਹਿਣਾ 2 ਪੰਡਾਂ ਮੈਨੂੰ ਦੇ ਦਿਓ। ਔਰ ਜੇ ਸੱਚੀ ਮੁੱਚੀ ਸੀਰੀਅਸਲੀ ਗੱਲ ਕਰੀਏ ਤਾਂ ਇਹ ਵੱਡਾ ਬੜਾ ਵੱਡਾ ਵਪਾਰ ਇੱਕ ਸ਼ੁਰੂ ਹੋ ਸਕਦਾ ਪਰਾਲੀ ਦਾ। ਪੰਜਾਬ ਤੋਂ ਬਾਹਰਲੇ ਮੁਲਕਾਂ 'ਚ ਐਕਸਪੋਰਟ ਕਰੋ, ਜਿਹੜੇ ਮਾਡਲਿੰਗ ਕਰਾਉਂਦੇ ਨੇ ਉਹਨਾਂ ਨਾਲ ਸੰਪਰਕ ਕਰੋ, ਉਹਨਾਂ ਨੂੰ ਥੋੜ੍ਹਾ ਬਹੁਤ ਕਰਕੇ ਵੀ ਭਾਈ ਸਾਡੀ ਕੋਈ ਮਾੜੀ ਮੋਟੀ ਤੇਰੀ ਅਸੀਂ ਹੈਲਪ ਕਰ ਦਾਂਗੇ, ਤੂੰ ਸਾਡਾ ਜਿਹੜੇ ਪਰਾਲੀ ਆ ਉਹ ਵਿਕਾ ਦੇ। ਸੋ ਇਹ ਫੈਸ਼ਨ ਦੀ ਗੱਲ ਹੈ, ਫੈਸ਼ਨ ਵੀ ਬੜਾ ਕਸੂਤਾ ਜਿਹਾ ਹੈਗਾ। ਇੱਕ ਫੋਟੋ ਹੋਰ ਦਿਖਾਉਂਦੇ ਹਾਂ ਕਿ ਸਰਕਾਰੀ ਹਸਪਤਾਲ ਜਿਹੜੇ ਹੈਗੇ ਨੇ ਭਾਰਤ ਦੇ, ਉਹਨਾਂ ਦੀ ਗੱਲ ਆਪਾਂ ਹਮੇਸ਼ਾ ਕਰੀ ਦੀ ਹੈ। ਸਰਕਾਰੀ ਹਸਪਤਾਲ ਜੇ ਇਹੋ ਜਿਹੇ ਹੋਣਗੇ ਜਿਹੋ ਜਿਹੀ ਫੋਟੋ ਦੇ ਵਿੱਚ ਨੇ ਤਾਂ ਮੈਨੂੰ ਨਹੀਂ ਲੱਗਦਾ ਵੀ ਕਰੋਨਾ ਵਾਇਰਸ ਉਹਦੇ ਨੇੜੇ ਤੇੜੇ ਵੀ ਕਿਤੇ ਜਾਊਗਾ। ਕਰੋਨਾ ਵਾਇਰਸ ਨੇ ਕਹਿਣਾ ਭਾਈ ਮੈਂ ਤਾਂ ਚੀਨ 'ਚ ਹੀ ਠੀਕ ਹੈ, ਇੱਥੇ ਤਾਂ ਕੁੱਤਿਆਂ ਨੇ ਵੱਢ ਵੱਢ ਕੇ ਖਾ ਜਾਣਾ ਜੇ ਮੈਂ ਇਸ ਹਸਪਤਾਲ ਦੇ ਵਿੱਚ ਆ ਗਿਆ। ਸੋ ਇਹ ਵੀ ਇੱਕ ਸਰਕਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਰਕਾਰੀ ਹਸਪਤਾਲ 'ਤੇ ਵਿਅੰਗ ਕਰਦੀ ਤਸਵੀਰ ਸਾਨੂੰ ਕਿਸੇ ਨੇ ਭੇਜੀ ਹੈ। ਅਤੇ ਇੱਕ ਹੋਰ ਕਰੋਨਾ ਦੀ ਗੱਲ ਚੱਲੀ ਹੈ, ਕਰੋਨਾ ਦੀ, ਕਰੋਨਾ ਤਾਂ ਆਹ ਵਾਇਰਸ ਵੀ ਹੈਗਾ, ਕਰੋਨਾ ਬੀਅਰ ਵੀ ਕਹਿੰਦੇ ਹੁੰਦੀ ਹੈ, ਅਤੇ ਅਗਰ ਗੱਲ ਕਰੀਏ ਸਾਡੇ ਆਹ ਪਿੱਛੇ ਕਰੋਮਾ ਵੀ ਹੈਗਾ, ਕਰੋਮਾ ਜਿਹਨੂੰ ਅਸੀਂ ਕਹਿ ਦਿੰਦੇ ਜਿੱਥੋਂ ਮੁੱਦਾ ਵਗੈਰਾ ਸਾਰਾ ਕਰਦੇ ਹਾਂ। ਕਰੋਨਾ ਵਾਇਰਸ ਦੀ ਗੱਲ ਚੱਲੀ ਹੈ ਤਾਂ ਇਹ ਜੇ ਕੋਈ ਪੁਲਿਸ ਵਾਲਾ ਰੋਕ ਲਏ ਓਵਰ ਸਪੀਡ 'ਤੇ ਕੁਛ ਕਰਕੇ, ਆ ਫੋਟੋ ਦੇਖੋ ਬੜੀ ਕਮਾਲ ਦੀ, ਬੰਦੇ ਨੇ ਲਿਖ ਕੇ ਲਾਇਆ ਹੋਇਆ ਮੈਨੂੰ ਕਰੋਨਾ ਵਾਇਰਸ, ਭਾਈ ਹੁਣ ਦੱਸ ਮੈਂ ਸ਼ੀਸ਼ਾ ਖੋਲ੍ਹਾਂ ਕਿ ਰਹਿਣ ਦਾ। ਪੁਲਿਸ ਵਾਲੇ ਨੇ ਕਿਹਾ ਨਹੀਂ ਭਰਾ ਮਿੰਨਤ ਵਾਲੀ ਗੱਲ ਆ, ਤੂੰ ਜਾ ਜਾ, ਤੇਰੇ ਕਾਗਜ਼ ਹੈ ਨਹੀਂ ਹੈ ਸਭ ਮਨਜ਼ੂਰ ਆ, ਤੂੰ ਜਾ। ਜਿਵੇਂ ਆਪਾਂ ਵੀਡੀਓ ਮੇਰੇ ਖਿਆਲ ਇੱਕ ਹੀ ਦਿਖਾ ਦਈਏ, ਸਮਾਂ ਅੱਗੇ ਘੱਟ ਹੈ। ਵੀਡੀਓ ਦਿਖਾਉਂਦੇ ਹਾਂ ਕਰੋਨਾ ਵਾਇਰਸ ਦਾ ਅਸਰ, ਇਹ ਵੈਸੇ ਕਿਸੇ ਨੇ ਬਣਾਈ ਲੱਗਦੀ ਹੈ, ਕਿਸੇ ਨੇ ਕਿ ਬਣਾਈ ਹੋਈ ਨਹੀਂ ਲੱਗਦੀ ਵੀ ਟਿਕਟੋਕ ਬਣਾਇਆ ਹੋਊਗਾ, ਬਾਕਾਇਦਾ ਚੀਨ ਦੀ ਲੱਗਦੀ ਵੀਡੀਓ ਇਹ ਛੋਟੀ ਜਿਹੀ ਜਿਹੜੀ ਆਈ ਹੈ, ਕਿ ਅੱਜ ਕੱਲ੍ਹ ਕੰਮ ਕਰਨ ਦੇ ਤਰੀਕੇ ਵੀ ਬਦਲ ਗਏ। ਅਸੀਂ ਵੀ ਹੁਣ ਕਿਤੇ ਜਾਂਦੇ ਹਾਂ ਹੋਸਪਿਟਲ, ਮੈਂ ਕੱਲ੍ਹ ਗਿਆ ਅਤੇ ਉਹ ਕਹਿੰਦੇ ਵੀ ਕਾਰਡ, ਆਈ ਡੀ ਕਾਰਡ ਇੱਥੇ ਰੱਖਦੇ, ਹੱਥ 'ਚ ਨਹੀਂ ਫੜਨਾ, ਉੱਥੋਂ ਹੀ ਆ ਦੇਖਿਆ ਚੱਕ ਲਾ ਕਹਿੰਦੀ। ਕਾਰਡ ਜਿਹੜਾ ਹੁੰਦਾ ਪੈਸੇ ਕਰਾਉਣ ਵਾਸਤੇ, ਡੈਬਿਟ ਕਾਰਡ ਜਾਂ ਕੁਛ, ਤਾਂ ਉਹ ਵੀ ਕਹਿੰਦੀ ਵੀ ਨਾ 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 ਉੱਥੇ ਕਰਕੇ ਸਵਾਈ ਵੀ ਤਾਂ ਜੇ ਜੇਬ 'ਚ ਪਾਲਾ ਚੁੱਪ ਕਰਕੇ। ਸੋ ਇਹ ਵਾਲ ਕੱਟਣ ਵਾਲਾ ਕੋਈ ਚਾਈਨਾ ਦੇ ਵਿੱਚ ਹੈਗਾ, ਹੇਅਰ ਸਟਾਈਲ ਜਿਹੜਾ ਬਣਾਉਂਦਾ ਉਹ ਹੇਅਰ ਸਟਾਈਲ ਬਣਾ ਰਿਹਾ ਲੋਕਾਂ ਦੇ, ਦੇਖ ਰਹੇ ਹੋ, ਦੇਖੋ ਤੁਸੀਂ ਵੀ ਮੇਰੇ ਖਿਆਲ ਇੰਜੋਏ ਕਰੋਗੇ। ਵੀਡੀਓ ਥੋੜ੍ਹੀ ਜਿਹੀ ਕਮਜ਼ੋਰ ਹੈ, ਉੱਪਰ ਚਾਈਨਾ ਦੇ ਵਿੱਚ ਵੀ ਬੜਾ ਕੁਛ ਲਿਖਿਆ, ਜੇ ਕੋਈ ਚਾਈਨਾ ਪੜ੍ਹ ਸਕਦਾ ਹੋਵੇ ਚਾਈਨੀ ਭਾਸ਼ਾ ਤਾਂ ਉਹ ਮੈਨੂੰ ਦੱਸ ਦਿਓ ਭਾਈ ਕੀ ਲਿਖਿਆ, ਅਤੇ ਮੈਂ ਅਗਲੇ ਸੈਗਮੈਂਟ 'ਚ ਫਿਰ ਤੁਹਾਨੂੰ ਦੱਸ ਦੂੰਗਾ। ਪਰ ਫਿਲਹਾਲ ਤੁਸੀਂ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦਰਸਾਉਂਦੀ ਇਹ ਕੋਮੇਡੀ ਫਨੀ ਵੀਡੀਓ ਦੇਖੋ।
ਵਾਹ ਜੀ ਵਾਹ, ਵਾਹ ਜੀ ਵਾਹ, ਲੱਗਦਾ ਵੀਡੀਓ ਦਾ ਆਨੰਦ ਪੂਰਾ ਮਾਣਿਆ ਹੋਊਗਾ। ਉਹਨਾਂ ਨੇ ਲੰਬੇ ਲੰਬੇ ਡੰਡੇ ਜਿਹੜੇ ਹੇਅਰ ਡਰਾਇਰ ਨਾਲ ਅਤੇ ਕਟਰ ਨਾਲ ਬੰਨ ਰੱਖੇ ਨੇ, ਤਾਂ ਇਹ ਕਰੋਨਾ ਵਾਇਰਸ ਦੀ ਇੱਕ ਅਸਲੀ ਤਸਵੀਰ ਪੇਸ਼ ਕਰਦੀ ਵੀਡੀਓ ਸੀਗੀ। ਵੈਸੇ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਮੈਂ ਦੱਸ ਦੇਵਾਂ ਕਿ ਜਿੱਥੋਂ ਇਹ ਸ਼ੁਰੂ ਹੋਏ ਸੀ, ਵੁਹਾਨ ਦੇ ਵਿੱਚੋਂ, ਚੀਨ ਦੇ ਵਿੱਚੋਂ ਇਹ ਕਰੋਨਾ ਵਾਇਰਸ, ਉੱਥੇ ਇਹ ਖਬਰ ਆਈ ਹੈ ਵੀ ਉੱਥੇ ਘੱਟ ਗਿਆ ਹੁਣ, ਅਤੇ ਲੋਕ ਵਾਪਸ ਕੰਮਾਂ ਕੁੰਮਾਂ 'ਤੇ ਜਾਣ ਲੱਗ ਪਏ ਆ। ਇੱਥੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਵੀ ਅਸੀਂ ਹਫੜਾ ਦਫੜੀ ਨਾ ਪਾਈਏ, ਔਰ ਜਿਹੜੀ ਲੋੜ ਨਹੀਂ ਸਮਾਨ ਘਰ ਰੱਖਣ ਦੀ ਵੀ ਜਗ੍ਹਾ ਨਹੀਂ ਹੈਗੀ, ਉਹ ਵੀ ਲਿਆ ਲਿਆ ਘਰ ਨਾ ਰੱਖੀਏ। ਇਹ ਠੀਕ ਹੋ ਜਾਏਗਾ, ਉਮੀਦ ਹੈ ਵੀ ਅਗਲੇ 15-20 ਦਿਨ ਦੇ ਵਿੱਚ ਕਾਫੀ ਕੁਛ ਨੋਰਮਲ ਹੋ ਜਾਏਗਾ। ਹੁਣ ਜਿੰਮੀ ਸਾਹਿਬ ਕਹਿੰਦੇ ਕੰਨ ਦੇ ਵਿੱਚ ਮੇਰੇ ਵੀ, ਜੇ ਮੈਂ ਤੈਨੂੰ ਵੀਡੀਓ ਭੇਜੀ ਉਹ ਤੂੰ ਦਿਖਾਈ ਨਹੀਂ ਅਤੇ ਮੈਂ ਫਿਰ ਅੱਗੇ ਤੋਂ ਭੇਜਣੀ ਨਹੀਂ। ਇੱਕ 20 ਸੈਕਿੰਡ ਦੀ ਵੀਡੀਓ ਹੋਰ ਹੈ ਬੜੀ ਵਧੀਆ, ਉਹ ਕਿਸੇ ਨੇ ਬਣਾਈ ਹੋਈ ਹੈ, ਇਹ ਨੈਚੁਰਲ ਨਹੀਂ ਹੈਗੀ, ਕਿਸੇ ਨੇ ਜਾਣ ਬੁੱਝ ਕੇ ਬਣਾਈ ਹੋਈ ਹੈ, ਪਰ ਬੜੀ ਨਜ਼ਾਰੇਦਾਰ ਵੀਡੀਓ ਹੈ, ਖੂਬ ਹਾਸਾ ਪਾਉਂਦੀ ਹੈ। ਇਹ ਵੀਡੀਓ ਟਿਕਟੋਕ ਅਸੀਂ ਇਹਨੂੰ ਕਹਿ ਦਿੰਦੇ ਹਾਂ, ਅਤੇ ਇਹ ਕਿਸੇ ਭੈਣ ਭਰਾ ਨੇ, ਦੋਨੋਂ ਹੈਗੇ ਨੇ, ਉਹਨਾਂ ਨੇ ਬਣਾਈ ਹੋਈ ਹੈ, ਇਹ ਤੁਸੀਂ ਵੀ ਦੇਖੋ। ਅਤੇ ਉਸ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ। ਬਾਅਦ ਹਾਜ਼ਰ ਹੈ ਜੀ, ਅਤੇ ਹੁਣ ਗੱਲਾਂ ਬਾਤਾਂ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕਰਨਾ ਹੈ। ਪਰ ਇੱਕ ਵੀਡੀਓ ਹੋਰ ਸੀਗੀ, ਉਹ ਆਸਣ ਸੌਣ ਵਾਲੀ ਤਾਂ ਨਹੀਂ ਹੈਗੀ, ਥੋੜ੍ਹਾ ਅਵੇਅਰ ਕਰਨ ਵਾਲੀ ਜ਼ਰੂਰ ਹੈਗੀ ਆ। ਪੰਜਾਬ ਜਾਂਦੇ ਅਸੀਂ ਜਾਂ ਭਾਰਤ ਦੇ ਵਿੱਚ ਜਾਂਦੇ ਹਾਂ, ਅਕਸਰ ਸਾਨੂੰ ਸ਼ੌਕ ਹੁੰਦਾ ਕਿ ਰੇੜੀਆਂ ਦੇ ਉੱਪਰ ਖਾਣਾ ਖਾਈਏ, ਜਿਹੜੀਆਂ ਰੇੜੀਆਂ ਲੱਗੀਆਂ। ਹਾਲਾਂਕਿ ਇਸ ਰੈਸਟੋਰੈਂਟਾਂ ਦੇ ਵਿੱਚ ਕੀ ਹੁੰਦਾ ਉਹ ਵੀ ਸਾਨੂੰ ਪਤਾ ਨਹੀਂ ਹੈਗਾ, ਪਿੱਛੇ ਕੀ ਹੁੰਦਾ, ਕੀ ਕਾਲਾ ਮਾਲਾ ਹੁੰਦਾ ਉਹਦਾ ਪਤਾ ਨਹੀਂ ਹੈਗਾ। ਪਰ ਜੇ ਅਸੀਂ ਰੇੜੀਆਂ ਦੀ ਗੱਲ ਕਰੀਏ, ਰੇੜੀਆਂ ਦੇ ਤਾਂ ਸਾਹਮਣੇ ਦਿਸਦਾ, ਸਾਹਮਣੇ ਸਮਾਨ ਪਿਆ ਹੁੰਦਾ, ਸਾਹਮਣੇ ਭਾਂਡੇ ਧੋਦੇ ਹੁੰਦੇ ਆ, ਪਰ ਅਸੀਂ ਫਿਰ ਵੀ ਉੱਥੇ ਖਾਈ ਜਾਂਦੇ ਹੁੰਦੇ ਹਾਂ। ਆ ਭਾਰਤ ਦੀ ਇੱਕ ਛੋਟੀ ਜਿਹੀ ਵੀਡੀਓ ਹੈ, ਇਹ ਵੀ ਜਿੰਮੀ ਨੇ ਭੇਜੀ ਸੀ, ਇਹ ਹੁਣ ਦਿਖਾਉਣੀਆਂ ਪੈਣੀਆਂ, ਪਰ ਇਹ ਅਵੇਅਰ ਕਰਦੀ ਹੈ। ਅਸੀਂ ਜਦੋਂ ਵੀ ਕਿਤੇ ਇੰਡੀਆ ਜਾਂਦੇ ਹਾਂ ਤਾਂ ਬਹੁਤ 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 ਧਿਆਨ ਰੱਖਣ ਦੀ ਲੋੜ ਹੈ। ਕਰੋਨਾ ਵਾਇਰਸ ਤੋਂ ਵੀ ਉੱਪਰ ਇਹ ਵਾਇਰਸ ਸਿੱਧ ਹੋ ਸਕਦਾ, ਇਹ ਬਿਮਾਰੀ ਸਿੱਧ ਹੋ ਸਕਦੀ ਹੈ। ਛੋਟੀ ਜਿਹੀ ਵੀਡੀਓ ਦੇਖੋ, ਉਸ ਤੋਂ ਬਾਅਦ ਆਪਾਂ ਵਿਸ਼ੇ ਵੱਲ ਚੱਲਾਂਗੇ, ਵਿਸ਼ੇ ਤੋਂ ਬਾਅਦ ਫਿਰ ਤੁਹਾਡੀਆਂ ਨਾਲ ਦੀ ਨਾਲ ਕਾਲਾਂ ਲਵਾਂਗੇ। ਇਹ ਬਕਾਇਦਾ ਆਡੀਓ ਤੋਂ ਪਤਾ ਲੱਗਦਾ ਇਸ ਵੀਡੀਓ ਦੀ, ਰੇਹੜੀ ਦੇ ਕੋਲ ਬੰਦਾ ਪਿੱਛੇ ਨਾਲੇ ਦੇ ਵਿੱਚੋਂ ਜਿਹੜਾ ਕੋਈ ਨਾਲਾ ਹੋਏਗਾ ਉਹ 'ਚ ਭਾਂਡੇ ਧੋ ਰਿਹਾ, ਨਾਲ ਥੋੜ੍ਹਾ ਸਾਫ਼ ਪਾਣੀ ਵੀ ਰੱਖਿਆ ਸੀ, ਗੱਲ ਨਹੀਂ ਭੁਲੇਖਾ ਪਾਉਣ ਵਾਸਤੇ, ਥੋੜ੍ਹਾ ਜਿਹਾ ਸਾਫ਼ ਪਾਣੀ ਵੀ ਉੱਤੇ ਛਿੱਟਾ ਦੇਣ ਦਾ ਬਾਅਦ ਦੇ ਵਿੱਚ, ਪਰ ਫਿਰ ਵੀ ਇਹਦਾ ਕੀ ਹਾਲ ਹੋਏਗਾ ਖਾਣ ਵਾਲੇ ਦਾ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਬਕਾਇਦਾ ਕਿਸੇ ਟ੍ਰੇਨ ਦੇ ਨੇੜੇ, ਰੇਲਵੇ ਸਟੇਸ਼ਨ ਦੇ ਨੇੜੇ ਦੀ ਇਹ ਵੀਡੀਓ ਹੈਗੀ ਆ, ਔਰ ਵਿੱਚੋਂ ਵਿੱਚੋਂ ਤਾਂ ਮੈਨੂੰ ਲੱਗਦੀ ਲੁਧਿਆਣੇ ਦੀ ਹੋਣੀ ਜਾਂ ਅੰਬਾਲੇ ਦੀ ਹੋਣੀ ਹੈ, ਪਰ ਬਚੋ ਇਹਨਾਂ ਚੀਜ਼ਾਂ ਤੋਂ, ਬਚੋ ਹਮੇਸ਼ਾ ਬਚੋ। ਲਓ ਜੀ ਹੁਣ ਆਪਾਂ ਚਲੀਏ ਵਿਸ਼ੇ ਵੱਲ, ਅਤੇ ਫਿਰ ਨਾਲ ਦੀ ਨਾਲ ਜਿਹੜੀਆਂ ਤੁਹਾਡੀਆਂ ਕਾਲਾਂ ਉਹ ਲੈਣੀਆਂ ਸ਼ੁਰੂ ਕਰਾਂਗੇ। ਵਿਸ਼ਾ ਇਹ ਹੈਗਾ ਕਿ ਆਪਾਂ ਅਕਸਰ ਨਿੱਕੇ ਨਿੱਕੇ ਹੁੰਦੇ, ਵੱਡੇ ਵੱਡੇ ਹੁੰਦੇ, ਪਿੰਡਾਂ 'ਚ ਹੁੰਦੇ, ਸ਼ਹਿਰਾਂ 'ਚ ਹੁੰਦੇ, ਇਹ ਚੀਜ਼ ਦੇਖਦੇ ਸੀਗੇ ਵੀ ਸ਼ਾਮ ਨੂੰ ਹਰ ਬੰਦੇ ਦੀ ਇੱਛਾ ਹੁੰਦੀ ਕਿ ਮੈਂ ਘਰੇ ਜਾਵਾਂ, ਆਪਣੇ ਘਰ ਜਾਵਾਂ। ਇੱਥੋਂ ਤੱਕ ਇਹ ਆ ਵੀ ਆਪਣੇ ਜਿਹੜੇ ਬਲਦ ਹੁੰਦੇ ਸੀ ਜਦੋਂ ਖੇਤਾਂ ਖੂਤਾਂ 'ਚ ਕੰਮ ਕਰਦੇ ਸੀਗੇ, ਅਤੇ ਉਹਨਾਂ ਨੂੰ ਵੀ ਸ਼ਾਮ ਜੀ ਨੂੰ ਉਹ ਵੀ ਜਿੱਧਰੋਂ ਆਏ ਹੁੰਦੇ ਉੱਧਰਲੇ ਪਾਸੇ ਨੂੰ ਮੂੰਹ ਕਰਕੇ ਦੇਖਣ ਲੱਗ ਪੈਂਦੇ ਹੁੰਦੇ ਸੀ ਵੀ ਹੁਣ ਅਸੀਂ ਘਰ ਨੂੰ ਜਾਵਾਂਗੇ। ਆ ਪੰਛੀਆਂ ਦੀ ਵੀ ਅਸੀਂ ਗੱਲ ਕਰੀ ਦੀ ਹੈ ਵੀ ਸ਼ਾਮ ਨੂੰ ਤਾਂ ਪੰਛੀ ਵੀ ਘੜੇ ਮੋਰੇ ਹੁੰਦੇ ਆ, ਜਿਹੜੇ ਬੰਦੇ ਲੇਟ ਆਉਂਦੇ ਆ ਜਾਂ ਕਈ ਕਈ ਦਿਨ ਘਰ ਨਹੀਂ ਆਉਂਦੇ, ਉਹਨਾਂ ਨੂੰ ਫਿਰ ਘਰ ਵਾਲੀਆਂ ਇਹ ਹੀ ਕਹਿੰਦੀਆਂ ਸ਼ਾਮ ਨੂੰ ਤਾਂ ਪੰਛੀ ਵੀ ਘਰੇ ਆਉਂਦੇ, ਤੂੰ ਆ ਜਾ ਕਰ ਤੂੰ ਵੀ ਘਰੇ। ਚਲੋ ਘਰੇ ਆਉਣ ਦਾ ਇੱਕ ਸੁੱਖ ਜਿਹੜਾ ਵੱਖਰਾ ਹੁੰਦਾ ਸੀ, ਅੱਜ ਕੱਲ੍ਹ ਥੋੜ੍ਹਾ ਸਮਾਂ ਚੇਂਜ ਹੋ ਗਿਆ। ਪਹਿਲਾਂ ਘਰ ਆਉਣ ਦਾ ਸੁੱਖ ਇੱਕ ਚਾਅ ਬਹੁਤ ਵੱਡੇ ਪੱਧਰ 'ਤੇ ਹੁੰਦਾ ਸੀ ਵੀ ਘਰੇ ਚੱਲੀਏ, ਘਰੇ ਚੱਲੀਏ, ਘਰੇ ਚੱਲੀਏ, ਖੇਤਾਂ ਤੋਂ ਘਰੇ ਚੱਲੀਏ, ਜਾ ਕੇ ਨਹਾ ਕੇ ਕੱਚੀ ਲੱਸੀ ਪੀ ਕੇ ਗਰਮੀਆਂ ਨੂੰ, ਅਤੇ ਜੋ ਥਕੇਵਾਂ ਲੈਂਦਾ ਸੀ ਉਹਦਾ ਹਿਸਾਬ ਕੋਈ ਨਹੀਂ ਸੀ। ਪਰਿਵਾਰ ਦੇ ਵਿੱਚ ਬੈਠ ਕੇ ਜਦੋਂ ਫਿਰ ਚੁੱਲ੍ਹੇ ਦੇ ਅੱਗੇ ਬੈਠ ਕੇ ਰੋਟੀ ਖਾਂਦੇ ਸੀ ਸਾਰਾ ਟੱਬਰ, ਅਤੇ ਉਹਦਾ ਕੋਈ ਨਜ਼ਾਰਾ ਹੀ ਵੱਖਰਾ ਸੀਗਾ। ਅਤੇ ਚਲੋ ਘਰ ਨੂੰ ਹਰ ਬੰਦਾ ਭਾਈਦਾ, ਸਮਾਂ ਚੇਂਜ ਹੋਇਆ ਅਤੇ ਅੱਜ ਕੱਲ੍ਹ ਥੋੜ੍ਹਾ ਜਿਹਾ ਇਹ ਚੀਜ਼ ਹੋ ਗਈ। ਹੁਣ ਜਦੋਂ ਪੰਜਾਬ ਦੇ ਵਿੱਚ ਲਿਖਿਆ ਹੋਇਆ ਸੜਕਾਂ ਦੇ ਉੱਪਰ, ਬੰਦਾ ਗੱਡੀ ਲੈ ਕੇ ਜਾ ਰਿਹਾ ਸੜਕ 'ਤੇ ਲਿਖਿਆ ਹੌਲੀ ਚੱਲੋ, ਘਰੇ ਤੁਹਾਡਾ ਕੋਈ ਇੰਤਜ਼ਾਰ ਕਰ ਰਿਹਾ ਹੈ,
ਬੰਦੇ ਨੂੰ ਜਦੇ ਚੇਤਾ ਆਉਂਦਾ ਹਾਂ ਯਾਰ ਘਰ ਘਰ ਵਾਲੀ ਬੈਠੀ ਹੈ, ਹੌਲੀ ਹੌਲੀ ਚੱਲਦੇ ਘਰ ਜਾ ਕੇ ਕੀ ਕਰਨਾ। ਸੋ ਹੁਣ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਆ, ਘਰਾਂ ਦੇ ਵਿੱਚ ਮਾਹੌਲ ਇਹੋ ਜਿਹੇ ਹੋ ਗਏ ਆ ਕਿ ਬਹਾਨਾ ਲੱਭ ਕੇ, ਜੇ ਹਸਬੈਂਡ ਵਾਈਫ ਦੀ ਆਪਾਂ ਗੱਲ ਕਰੀਏ, ਵੈਸੇ ਤਾਂ ਮੈਂ ਵਿਸ਼ਾ ਸਮਝਾ ਕੀਤਾ ਜੀ, ਹੁਣ ਤਾਂ ਸਾਰਿਆਂ ਦਾ ਇਹ ਹਾਲ ਹੈ, ਪਰ ਹਸਬੈਂਡ ਵਾਈਫ ਦੀ ਗੱਲ ਕਰੀਏ ਤਾਂ ਬਹਾਨਾ ਲੱਭ ਕੇ ਲੇਟ ਫੇਟ ਆਉਣ ਦੀ ਗੱਲਬਾਤ ਉਹ ਕਰਦੇ ਨੇ। ਪਰ ਇੱਕ ਕਹਾਵਤ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਅੱਜ ਉਹਦੇ ਬਾਰੇ ਗੱਲ ਕਰਨੀ ਆ। ਵੈਸੇ ਮੈਂ ਕਾਫੀ ਦੇਰ ਪਹਿਲਾਂ ਨਿਊਯਾਰਕ ਦੇ ਵਿੱਚ ਜਦੋਂ ਹੁੰਦਾ ਸੀ ਉਦੋਂ ਮੈਂ ਸਾਂਝੀ ਕੀਤੀ ਸੀ, ਉਦੋਂ ਬਾਅਦ ਮੈਨੂੰ ਕਈਆਂ ਨੇ ਪੁੱਛਿਆ ਵੀ ਯਾਰ ਆਹ ਗੱਲ ਤੂੰ ਕਦੇ ਸਾਂਝੀ ਨਹੀਂ ਕੀਤੀ। ਮੈਂ ਕਿਹਾ ਜੇ ਮੈਂ ਕੀਤੀ ਸੀ ਤੁਸੀਂ ਉਦੋਂ, ਹੋ ਸਕਦਾ ਦੇਖੀ ਸੁਣੀ ਨਾ ਹੋਵੇ। ਕਹਾਵਤ ਬੜੀ ਮਸ਼ਹੂਰ ਹੈ ਕਿ ਜੋ ਸੁੱਖ ਸੱਜੂ ਦੇ ਚਬਾਰੇ ਉਹ ਬਲਖ ਨਾ ਬਖਾਰੇ। ਸੱਜੂ ਦਾ ਚਬਾਰਾ ਕੀ ਸੀਗਾ, ਇਹ ਕਹਾਵਤ ਬਣੀ ਕਿਉਂ, ਇਹ ਮੈਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਮੈਂ ਸੱਜੂ ਦਾ ਚਬਾਰਾ ਕੀ ਸੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਣਾ, ਬਾਕੀ ਮੈਂ ਤੁਹਾਡੇ ਕੋਲ ਜ਼ਰੂਰ ਜਾਣਕਾਰੀ ਚਾਹੂੰਗਾ। ਜੋ ਸੁੱਖ ਸੱਜੂ ਦੇ ਚਬਾਰੇ ਉਹ ਬਲਖ ਨਾ ਬਖਾਰੇ, ਇਹ ਕਾਲਪਨਿਕ, ਨਾ ਸੱਜੂ ਹੀ ਕਾਲਪਨਿਕ ਹੈ ਨਾ ਸੱਜੂ ਦਾ ਚਬਾਰਾ ਜਿਹੜਾ ਉਹ ਵੀ ਕਾਲਪਨਿਕ ਹੈ। ਕਹਾਵਤਾਂ ਮੁਹਾਵਰੇ ਆਮ ਤੌਰ 'ਤੇ ਕਾਲਪਨਿਕ ਹੁੰਦੇ ਆ, ਕੋਈ ਸਿਆਣਾ ਬੰਦਾ ਗੱਲ ਕਹਿ ਦਿੰਦਾ ਤਾਂ ਉਹ ਅੱਗੇ ਅੱਗੇ ਵੱਧਦੀ ਹੈ, ਪਰ ਇਹ ਕਹਾਵਤ ਦੀ ਗੱਲ ਕਰੀਏ ਇਹ ਕਾਲਪਨਿਕ ਨਹੀਂ ਹੈ, ਇਹ ਸੱਚੀ ਗੱਲ ਹੈਗੀ ਹੈ ਕਿ ਛੱਜੂ ਦਾ ਚਬਾਰਾ ਅੱਜ ਵੀ ਹੈਗਾ। ਅਗਲਾ ਸਵਾਲ ਇਹ ਉੱਠਦਾ ਹੈ ਕਿ ਜੇ ਅੱਜ ਵੀ ਹੈਗਾ ਤਾਂ ਉਸੇ ਛੱਜੂ ਦੇ ਚਬਾਰੇ ਦੇ ਨਾਲ ਸੰਬੰਧਿਤ ਕਿਉਂ ਇਹ ਕਹਾਵਤ ਬਣੀ ਹੈ। ਲਾਹੌਰ ਦੇ ਵਿੱਚ ਇੱਕ ਹੁਣ ਹੋਸਪਿਟਲ ਆ ਅੱਜ ਕੱਲ੍ਹ ਮੇਯੋ ਉਹਦਾ ਨਾਂ ਹੈਗਾ, ਉਹਦੇ ਅੱਧਾ ਕੁ ਚਬਾਰਾ ਉਹਦੇ ਵਿੱਚ ਆਇਆ ਹੋਇਆ, ਅਤੇ ਬਾਕੀ ਥੋੜ੍ਹਾ ਜਿਹਾ ਇੱਕ ਕੋਈ ਸੰਸਥਾ ਹੈਗੀ ਆ ਉੱਥੇ ਉਹਨਾਂ ਕੋਲ ਹੈਗਾ ਜਿਹੜੀ ਕਿ ਓਲਡ ਏਜ ਦਾ ਕੇਅਰ ਕਰਦੀ ਹੈ। ਸੋ ਛੱਜੂ ਦਾ ਚਬਾਰਾ ਲਾਹੌਰ ਦੇ ਵਿੱਚ ਹੈ ਜੀ। ਗੱਲ ਜੇ ਕਰੀਏ ਛੱਜੂ ਦੀ, ਛੱਜੂ ਕਹਿੰਦੇ ਇੱਕ ਐਸਾ ਬੰਦਾ ਹੋਇਆ ਬਹੁਤ ਹੀ, ਛੱਜੂ ਭਾਟੀਆ ਉਹਦਾ ਨਾਮ ਸੀਗਾ, ਬਹੁਤ ਹੀ ਭਗਤ ਬੰਦਾ, ਆਏ ਗਏ ਦੀ ਸੇਵਾ ਕਰਨ ਵਾਲਾ, ਆਏ ਗਏ ਨੂੰ ਕੱਪੜਾ ਲੱਤਾ ਭੋਜਨ ਦੇਣ ਵਾਲਾ ਬੰਦਾ ਉਹ ਛੱਜੂ ਸੀ, ਛੱਜੂ ਭਾਟੀਆ, ਅਤੇ ਭਗਤੀ ਕਰਦਾ ਸੀ ਅਤੇ ਉਹਨੂੰ ਫਿਰ ਛੱਜੂ ਭਗਤ ਵੀ ਕਹਿਣ ਲੱਗ ਪਏ। ਚਬਾਰਾ ਉਹਦਾ ਕਿਲ੍ਹਾ ਨੁਮਾ ਚਬਾਰਾ, ਫੋਟੋ ਸ਼ਾਇਦ ਜਿਮੀ ਸਾਹਿਬ ਦਿਖਾ ਰਹੇ ਹੋਣਗੇ, ਕਿਲ੍ਹਾ ਨੁਮਾ ਉਹਦਾ ਘਰ ਜਿਹੜਾ ਹੈਗਾ ਸੀ ਬਹੁਤ ਵੱਡਾ, ਉਹਦੇ 'ਚ ਆਉਂਦੇ ਜਾਂਦੇ ਸੀਗੇ ਭਗਤ, ਆਉਣ ਵਾਲੇ ਰਾਹੀ ਸਭ ਆਉਂਦੇ ਜਾਂਦੇ ਸੀਗੇ। ਫਿਰ ਉੱਥੋਂ ਕਹਿੰਦੇ ਵੀ ਜੋ ਨਜ਼ਾਰਾ, ਕਿਸੇ ਨੇ ਕਿਹਾ ਹੋਣਾ ਕਿਸੇ ਸਿਆਣੇ ਨੇ ਵੀ ਜੋ ਨਜ਼ਾਰਾ ਇੱਥੇ ਆਉਂਦਾ ਨਾ, ਆਏ ਹਾਏ ਹਾਏ, ਉਹ ਕਿਤੇ ਨਹੀਂ ਆਉਂਦਾ। ਸੋ ਉਦੋਂ ਬਾਅਦ ਕਹਾਵਤ ਬਣ ਗਈ ਜੋ ਸੁੱਖ ਛੱਜੂ ਦੇ ਚਬਾਰੇ। ਵੈਸੇ ਸਿੱਖ ਵਿਦਵਾਨਾਂ ਨੇ ਇਹ ਵੀ ਕਿਹਾ ਹੈ ਕਿ ਛੱਜੂ ਭਾਟੀਆ ਜਿਹੜਾ ਸੀ ਉਹਨੇ ਪਹਿਲੀ ਵਾਰ ਗੁਰੂ ਅਰਜਨ ਦੇਵ ਜੀ ਦੇ ਵੀ ਦਰਸ਼ਨ ਕੀਤੇ ਸੀਗੇ, ਇਹ ਵੀ ਕਿਹਾ ਜਾਂਦਾ। ਪਰ ਉਹ ਇੱਕ ਐਸੀ ਹਸਤੀ ਸੀ, ਐਸੀ ਸ਼ਖਸੀਅਤ ਸੀ ਕਿ ਜਿਹਨੂੰ ਹਰ ਧਰਮ ਦੇ ਲੋਕ ਉਹਨੂੰ ਪਿਆਰ ਕਰਦੇ ਸੀ, ਉਹਦੇ ਕੋਲ ਜਾਂਦੇ ਸੀਗੇ, ਇੱਕ ਸੁਨੇਹਾ ਵੀ ਉਹ ਸੀ ਬਹੁਤ ਵੱਡਾ ਸਾਰੇ ਧਰਮਾਂ ਵਾਸਤੇ। ਸੋ ਸੱਜੂ ਦਾ ਚਬਾਰਾ ਜਿਹੜਾ ਉਹ ਹੈਗਾ ਸੀਗਾ, ਉਹ ਤਾਂ ਸੀਗਾ ਹੀ ਸੀਗਾ, ਪਰ ਆਪਾਂ ਜਿਹੜੇ ਚਬਾਰੇ ਦੀ ਗੱਲ ਕਰਨੀ ਉਹ ਆਪਣੇ ਘਰਾਂ ਦੇ ਚਬਾਰਿਆਂ ਦੀ ਗੱਲ ਕਰਨੀ ਹੈ। ਪਹਿਲਾਂ ਕੱਚੇ ਚਬਾਰੇ ਹੁੰਦੇ ਸੀਗੇ, ਔਰ ਸਾਡੇ ਪਿੰਡ ਦਾ ਇੱਕ ਚਬਾਰੇ ਵਾਲਿਆਂ ਦਾ ਜਿਹਦਾ ਸਭ ਤੋਂ ਪਹਿਲਾ ਚਬਾਰਾ ਹੋਊ, ਉਦੋਂ ਬਾਅਦ ਤਾਂ ਕਈਆਂ ਨੇ ਪਾ ਲਿਆ, ਸਾਡੇ ਵੀ ਹੁੰਦਾ ਸੀਗਾ ਵੀ ਉਹ ਪਹਿਲਾ ਚਬਾਰਾ ਜਿਹਦੇ ਹੁੰਦਾ ਹੁਣ ਉਹ ਚਬਾਰੇ ਵਾਲੇ ਉਹਨਾਂ ਦਾ ਨਾਂ ਪੱਕ ਗਿਆ ਸੀਗਾ। ਸੋ ਛੱਜੂ ਦਾ ਚਬਾਰਾ ਅਸੀਂ ਸਮਝਾਂਗੇ ਕਿ ਸਾਡਾ ਵਤਨ, ਯਾਦਾਂ ਵਤਨ ਦੀਆਂ, ਆਪਾਂ ਪਿੰਡ ਦੀਆਂ ਯਾਦਾਂ ਤਾਜ਼ੀਆਂ ਕਰੀਦੀਆਂ ਕਿ ਪਿੰਡ ਦੀਆਂ ਯਾਦਾਂ ਦੇ ਵਿੱਚ ਛੱਜੂ ਦਾ ਚਬਾਰਾ ਅੱਜ ਤੁਹਾਨੂੰ ਕਿੰਨਾ ਕੁ ਚੇਤੇ ਆਉਂਦਾ ਅਤੇ ਕਿਉਂ ਆਉਂਦਾ। ਮਤਲਬ ਕਹਿਣ ਦਾ ਵੀ ਘਰ ਜਿਹੜਾ ਅਸੀਂ ਜਿੱਥੇ ਪੈਦਾ ਹੋਏ ਹਾਂ ਉੱਥੇ ਇੱਕ ਸਾਡੀ ਖਾਸ ਅਟੈਚਮੈਂਟ ਹੋ ਜਾਂਦੀ ਆ, ਉੱਥੇ ਖਾਸ ਇੱਕ ਸਾਡਾ ਦਿਲ ਉੱਥੇ ਰਹਿੰਦਾ, ਭਾਵੇਂ ਦੁਨੀਆ ਜਿੱਥੇ ਮਰਜ਼ੀ ਘੁੰਮੋ। ਪਰ ਬਹੁਤਿਆਂ ਦੀ ਮਜਬੂਰੀ ਹੈਗੀ ਵੀ ਜਾ ਨਹੀਂ ਸਕਦੇ ਹੈਗੇ, ਜਾਂ ਜਾਂਦੇ ਨਹੀਂ ਹੈਗੇ, ਜਾਂ ਫਿਰ ਇਹ ਇੱਕ ਹੋ ਗਿਆ ਕੰਮ ਕਿ ਉੱਥੇ ਹੁਣ ਕੋਈ ਹੈ ਹੀ ਨਹੀਂ ਯਾਰ, ਜਾਈਏ ਕਿਹਦੇ ਕੋਲ। ਪਰ ਫਿਰ ਵੀ ਕਿਤੇ ਨਾ ਕਿਤੇ ਯਾਦ ਆਉਂਦਾ। ਮੈਂ ਅੱਜ ਫਿਰ ਆਪਾਂ ਪਿੰਡਾਂ ਦੀ ਗੱਲ ਕਰਨੀ ਹੈ, ਪਿੰਡ ਦੀ ਗੱਲ ਕਰਨੀ ਹੈ ਕਿ ਪਿੰਡ ਦੇ ਵਿੱਚ ਤੁਹਾਨੂੰ ਕੀ ਵਧੀਆ ਲੱਗਦਾ ਸੀ ਜਾਂ ਅੱਜ ਵੀ ਲੱਗਦਾ, ਅਤੇ ਜਿਹਦਾ ਕਰਕੇ ਤੁਹਾਡਾ ਦਿਲ ਕਰਦਾ ਕਿ ਤੁਸੀਂ ਪਿੰਡ ਜਾਓ, ਜਾਂ ਜਿਹਦਾ ਕਰਕੇ ਤੁਹਾਡਾ ਦਿਲ ਕਰਦਾ ਕਿ ਪਿੰਡ ਆਹ ਜਿਹੜੀ ਚੀਜ਼ ਹੈਗੀ ਆ ਅੱਜ ਵੀ ਮੈਨੂੰ ਚੰਗੀ ਲੱਗਦੀ, ਪਿੰਡ ਮੈਂ ਦੇਖ ਨਹੀਂ ਸਕਦਾ। ਸੋ ਛੱਜੂ ਦੇ ਚਬਾਰੇ ਜਿਹੜਾ ਸੁੱਖ ਹੈਗਾ ਸੀ ਜਾਂ ਹੈਗਾ ਹੈ, ਕੀ ਸੁੱਖ ਹੈਗਾ ਛੱਜੂ ਦੇ ਚਬਾਰੇ ਦੇ ਵਿੱਚ, ਕਿਉਂ ਇਹ ਕਿਹਾ ਜਾਂਦਾ ਕਿ ਘਰ ਦੇ ਵਿੱਚ ਜੋ ਨਜ਼ਾਰਾ ਹੈਗਾ ਉਹ ਬਾਹਰ ਜਿੱਥੇ ਮਰਜ਼ੀ ਦੁਨੀਆ ਘੁੰਮ ਲਓ ਉਹ ਗੱਲ ਨਹੀਂ ਬਣਦੀ, ਇਹ ਗੱਲਾਂ ਕਿਉਂ ਬਣੀਆਂ ਛੱਜੂ ਦਾ ਚਬਾਰਾ ਬਾਰੇ ਜੇ ਕਿਸੇ ਨੇ ਦੇਖਿਆ ਸੁਣਿਆ ਹੋਵੇ ਪਾਕਿਸਤਾਨ ਦੇ ਵਿੱਚ ਹੈਗਾ ਤਾਂ ਉਹ ਵੀ ਜ਼ਰੂਰ ਜ਼ਿਕਰ ਕਰੋ। ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰ ਦਿੱਤਾ ਸਟੋਰੀ ਜਿਹੜੀ ਹੈ ਛੱਜੂ ਦੇ ਚਬਾਰੇ ਦੀ। ਵੈਸੇ ਭਾਈ ਕਾਨ ਸਿੰਘ ਨਾਭਾ ਜਿਹੜੇ ਹੈਗੇ ਨੇ ਮਹਾਨ ਸ਼ਬਦ ਕੋਸ਼ ਜਿਨ੍ਹਾਂ ਨੇ ਲਿਖਿਆ, ਉਹਨਾਂ ਨੇ ਵੀ ਇਹਨਾਂ ਬਾਰੇ ਕਾਫੀ ਕੁਛ ਲਿਖਿਆ। 485 ਪੰਨਾ ਨੰਬਰ 'ਤੇ ਉਹਨਾਂ ਨੇ ਇਹਨਾਂ ਦੀ ਮਹਾਨਤਾ ਲਿਖੀ ਵੀ ਇਹ ਲਾਹੌਰ ਦੀ ਪੁਰਾਣੀ ਨਾਲਕਲੀ ਜਿਹੜੀ ਹੈਗਾ ਨਾਲਕਲੀ ਮੁਹੱਲਾ ਉਹਦੇ ਵਿੱਚ ਮੇਓ ਹਸਪਤਾਲ ਅਤੇ ਰਤਨ ਚੰਦ ਦੀ ਸਰਾਂ ਦੇ ਨੇੜੇ
ਇਹਦਾ ਜਿਹੜਾ ਛੱਜੂ ਦਾ ਚੁਬਾਰਾ ਹੈਗਾ ਅਤੇ ਸੁਨਿਆਰੇ ਦਾ ਇਹ ਕੰਮ ਕਰਦੇ ਸੀਗੇ ਛੱਜੂ ਸਾਹਿਬ ਅਤੇ ਮਸ਼ਹੂਰ ਦੇਖੋ ਜੀ ਚਾਹੇ ਉੱਧਰਲਾ ਪੰਜਾਬ ਆ ਚਾਹੇ ਇੱਧਰਲਾ ਪੰਜਾਬ ਆ ਅਤੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਅਤੇ ਬ੍ਰੇਕ 'ਤੇ ਮੇਰੇ ਖਿਆਲ ਚੱਲ ਚੱਲੀਏ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਇਹੀ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਵੀ ਘਰ ਦੇ ਵਿੱਚ ਜੋ ਸੁੱਖ ਹੈਗਾ ਉਹ ਬਾਹਰ ਜਿਹੜਾ ਉਹ ਕਿਉਂ ਨਹੀਂ ਹੈ ਜਾਂ ਕੀ ਐਸੀ ਗੱਲ ਹੈਗੀ ਆ ਕਿ ਸਾਡਾ ਮਨ ਜਿਹੜਾ ਉੱਥੇ ਰਹਿੰਦਾ ਜਿੱਥੇ ਅਸੀਂ ਰਹੇ ਹੋਈਏ ਜਿੱਥੇ ਅਸੀਂ ਪਲੇ ਹੋਈਏ ਜਿੱਥੇ ਅਸੀਂ ਵੱਡੇ ਹੋਏ ਹੋਈਏ ਚਾਹੇ ਸਾਨੂੰ ਉਦੋਂ ਬਾਅਦ ਲੱਖ ਸੁੱਖ ਸਹੂਲਤਾਂ ਮਿਲ ਗਈਆਂ ਉੱਥੇ ਸੁੱਖ ਸਹੂਲਤਾਂ ਵੀ ਨਹੀਂ ਸੀ ਲੱਖ ਸਾਡੇ ਕੋਲ ਪੈਸਾ ਆ ਗਿਆ ਲੱਖ ਗੱਡੀਆਂ ਆ ਗਈਆਂ ਪਰ ਮਨ ਜਿਹੜਾ ਮਨ ਉਹ ਛੋਟੀ ਜਿਹੀ ਚੀਜ਼ ਦੇ ਉੱਤੇ ਅੱਜ ਵੀ ਟਿਕਿਆ ਹੋਇਆ ਕਿ ਜਦੋਂ ਅਸੀਂ ਸਾਈਕਲ ਨਾਲ ਡੰਡੇ ਦੇ ਨਾਲ ਸਾਈਕਲ ਦਾ ਟਾਇਰ ਘੁਮਾਉਂਦੇ ਸੀ ਅੰਟੀਨਾ ਠੀਕ ਕਰਦੇ ਸੀ ਜਾਂ ਪਿੰਡ ਦੇ ਵਿੱਚ ਮੱਝਾਂ ਲੈ ਕੇ ਜਾਂਦੇ ਹੁੰਦੇ ਸੀ ਜਾਂ ਪਿੰਡ ਦੀਆਂ ਗਲੀਆਂ ਵਿੱਚ ਖੇਡਦੇ ਹੁੰਦੇ ਸੀਗੇ ਉਹ ਚੀਜ਼ ਜਿਹੜੀ ਆ ਅਸੀਂ ਅੱਜ ਵੀ ਮਿਸ ਕਰਦੇ ਹਾਂ ਆਪੋ ਆਪਣੇ ਪਿੰਡ ਦਾ ਨਾਂ ਦੱਸ ਕੇ ਅਤੇ ਪਿੰਡ ਦੀ ਕਿਹੜੀ ਖਾਸ ਚੀਜ਼ ਹੈ ਆਪਾਂ ਨੂੰ ਵਧੀਆ ਲੱਗਦੀ ਹੈ ਛੱਜੂ ਦੇ ਚੁਬਾਰੇ ਦੀ ਉਹ ਆਪਾਂ ਟੈਲੀਫੋਨ ਕਰਕੇ ਗੱਲਬਾਤ ਕਰ ਸਕਦੇ ਹਾਂ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਹਾਜ਼ਰ ਆ ਜੀ ਫਟਾਫਟ ਚੱਲਦੇ ਹਾਂ ਤੁਹਾਡੀਆਂ ਕਾਲਾਂ ਦੇ ਵੱਲ ਅਤੇ ਵਿਸ਼ਾ ਫਿਰ ਇਹੀ ਹੈ ਸਵਾਲ ਇਹੀ ਹੈ ਕਿ ਅਸੀਂ ਅਗਰ ਤੇ ਮੋਹ ਦੀ ਗੱਲ ਕਰੀਏ ਛੱਜੂ ਦੇ ਚੁਬਾਰੇ ਦੀ ਗੱਲ ਕਰੀਏ ਤਾਂ ਕੀ ਅੱਜ ਕੱਲ੍ਹ ਜਿਹੜੇ ਸਾਡੇ ਕਾਲਰ ਨੇ ਉਹਨਾਂ ਦਾ ਹੋਏਗਾ ਜ਼ਰੂਰ ਤੇ ਮੋਹ ਆਪਣੇ ਪਿੰਡਾਂ ਦੇ ਨਾਲ ਤਾਂ ਓਵਰਆਲ ਪੰਜਾਬੀਆਂ ਦੀ ਅਗਰ ਗੱਲ ਕਰੀਏ ਤਾਂ ਕਿੰਨਾ ਕੁ ਤੇ ਮੋਹ ਹੁਣ ਹੈਗਾ ਅੱਜ ਕੱਲ੍ਹ ਪੰਜਾਬੀਆਂ ਦਾ ਆਪਣੇ ਪਿੰਡਾਂ ਦੇ ਨਾਲ ਆਪਣੇ ਚੁਬਾਰਿਆਂ ਦੇ ਨਾਲ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੱਗੀ ਸਾਹਿਬ ਜੀ ਸਰ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਸੁਖਵੰਤ ਸਿੰਘ ਗਿੱਲ ਜੀ ਜੀ ਗਿੱਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਪਹਿਲਾਂ ਤਾਂ ਮੈਂ ਕਿਹਾ ਤੁਸੀਂ ਉਹ ਕਿਹਾ ਸੀ ਕਿ ਡਰੋ ਨਾ ਵੀ ਦੋ ਤਿੰਨ ਵੀਕਾਂ ਹੀ ਆ ਮੈਂ ਕਿਹਾ ਵੀ ਜੋ ਕੀਤਾ ਜਾਂ ਕਿਸੇ ਪੰਡਤ ਪੁੰਡਤ ਨੂੰ ਪੁੱਛਿਆ ਜੇ ਨਹੀਂ ਪੰਡਤ ਕਿਉਂਕਿ ਪੰਡਤ ਅੱਜ ਕੱਲ੍ਹ ਬਹੁਤ ਕੁਛ ਦੱਸਦੇ ਭਿੱਖਵਾਣੀਆਂ ਜੇ ਨਹੀਂ ਤਾਂ ਪੁੱਛ ਕੇ ਦੱਸ ਦਿਓ ਕਿਉਂਕਿ ਆਪਦੇ ਜੁੰਮੇ ਨਾਲ ਲੋਕ ਨਹੀਂ ਇਹ ਨਾ ਜੀ ਹੁਣ ਇਹ ਵੈਸੇ ਤਾਂ ਚਲੋ ਏਦਾਂ ਹੋ ਜਾਏ ਬੜੀ ਚੰਗੀ ਗੱਲ ਆ ਗੂਗਲ ਦੇ ਉੱਪਰ ਹੀ ਇੱਕ ਖਬਰ ਆਈ ਸੀਗੀ ਕਿ ਉਹ ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਘਟ ਗਿਆ ਹਾਂਜੀ ਹੁਣ ਜਿਹੜੀਆਂ ਸਰਕਾਰਾਂ ਉਹ ਤਾਂ ਉਹ ਕਹਿ ਰਹੀਆਂ ਕਹਿੰਦੇ ਨੇ ਕਰੋ ਜਾਂ ਮਰੋ ਜੇ ਕੋਈ ਕੰਮ ਕਰਾਉਣ ਕਹਿੰਦੇ ਡਰੋ ਤੇ ਜਾਂ ਮਰੋ ਜਾਂ ਡਰੋ ਜਾਂ ਮਰੋ ਅੱਛਾ ਇੱਕ ਭਾਜੀ ਚਲੋ ਆਪਾਂ ਦੇਖੋ ਗਿਰਨ ਸਾਹਿਬ ਆਪਾਂ ਪਿੰਡਾਂ ਦੀ ਚਲੋ ਗੱਲ ਕਰ ਰਹੇ ਨਾਲ ਇਹ ਕਿਉਂ ਹਫੜਾ ਦਫੜੀ ਮਚਾ ਰੱਖੀ ਲੋਕਾਂ ਨੇ ਸਮਾਨ ਸਾਰੇ ਸਟੋਰਾਂ ਚੋਂ ਖਤਮ ਟਾਇਲਟ ਪੇਪਰ ਤਾਂ ਕਿਤੇ ਮਿਲਦਾ ਹੀ ਨਹੀਂ ਕੀ ਕਾਰਨ ਹੋ ਸਕਦਾ ਨਹੀਂ ਮੈਂ ਅੱਜ ਨਾ ਹੁਣ ਦੇਖ ਰਹੇ ਸੀ ਇੱਥੇ ਜੋ ਟਰੰਪ ਉਹਦੇ ਨਾਲ ਉਹਦੇ ਸਾਰੇ ਜਿਹੜੇ ਸੀਗੇ ਵਾਲਮਾਰਟ ਟਾਰਗੇਟ ਹੋਰ ਸੀਬੀਸੀ ਵਾਲੇ ਤੇ ਹੋਰ ਜਿੰਨੀਆਂ ਵੀ ਏਜੰਸੀਆਂ ਮੈਡੀਕਲ ਵਾਲੀਆਂ ਉਹ ਕਹਿ ਰਹੇ ਸੀ ਡਰੋ ਨਾ ਅਸੀਂ ਸਪਲਾਈ ਜਿੰਨੀ ਲੋਕਾਂ ਦੀ ਲੋੜ ਹੋਊ ਨਾ ਵੀ ਅਸੀਂ ਜ਼ੋਰ ਲਾ ਦੇਵਾਂਗੇ ਪੂਰਾ ਸੋ ਉਧਰੋਂ ਲੋਕਾਂ ਦਾ ਜ਼ੋਰ ਲੱਗਿਆ ਵੀ ਜਿੰਨੀਆਂ ਸਪਲਾਈਜ਼ ਮਿਲਦੀਆਂ ਵੀ ਚੱਕ ਲਓ ਹੋਰ ਆ ਜਾਣਗੀਆਂ ਤੇ ਪਤਾ ਨਹੀਂ ਹੋ ਕੀ ਜਾਣਾ ਹੋ ਕੀ ਅੱਛਾ ਹਾਲਾਂਕਿ ਡਰਾਇਆ ਜਾ ਰਿਹਾ ਜਦਾ ਹਾਲਾਂਕਿ ਜੇ ਬੰਦੇ ਚਲੋ ਆਪਾਂ ਪਰਮਾਤਮਾ ਨਾ ਕਰੇ ਮੌਤਾਂ ਹੁੰਦੀਆਂ ਆ ਤੇ ਵਾਦੀ ਘਟਣੀ ਸਮਾਨ ਸਗੋਂ ਵਾਧੂ ਪਿਆਰ ਨਾਲ ਜਿਹੜਾ ਉਹਨਾਂ ਨੇ ਵਰਤਣਾ ਉਹ ਤਾਂ ਪਿਆ ਹੀ ਰਹਿਣਾ ਸਟੋਰੇਜ 'ਚ ਹਾਂ ਮੈਂ ਕਿਹਾ ਜੇ ਇੰਨਾ ਪੰਜਾਬੀ ਜਮਾ ਨਹੀਂ ਡਰਦੇ ਤੁਸੀਂ ਦੇਖੋ ਹੈਗੇ ਦੋ ਇੱਕ ਮਿੰਟ ਹੈਗਾ ਮਾੜਾ ਜਿਹਾ ਹਾਂਜੀ ਹਾਂਜੀ ਆਪਾਂ ਪਿੰਡ ਦੀ ਵੀ ਗੱਲ ਕਰਨੀ ਹੈ ਤੁਹਾਡੇ ਪਿੰਡ ਦੀ ਵੀ ਆਪਾਂ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਉੱਥੇ ਜੀ ਪਿੰਡ ਦੀ ਦੇਖੋ ਜੀ ਹੁਣ ਮੈਂ ਤੁਹਾਨੂੰ ਦੱਸਦਾ ਉਹ ਹਾਲਾਤਾਂ ਨਾਲ ਸਮਝੌਤਾ ਸੀਗਾ ਜਿਹੜਾ ਆਪਾਂ ਕਹਿੰਦੇ ਛੱਜੂ ਦਾ ਚੁਬਾਰਾ ਉਹਨਾਂ ਹਾਲਾਤਾਂ ਅਨੁਸਾਰ ਉਹ ਛੱਜੂ ਦਾ ਚੁਬਾਰਾ ਸੀਗਾ ਜੀ ਹੁਣ ਤਾਂ ਹੁਣ ਆਪਣੇ ਜਿਹੜੇ ਇੱਥੇ ਛੱਜੂ ਦੇ ਚੁਬਾਰੇ ਆ ਨਾ ਜੋ ਸੁੱਖ ਆਪਾਂ ਨੂੰ ਇੱਥੇ ਆ ਉਹ ਕਦੇ ਚਿੱਤ ਵੀ ਨਹੀਂ ਚਾਹੇ ਉੱਥੇ ਕੋਠੀਆਂ ਲੈ ਕੇ ਆ ਜਾਓ ਚਾਹੇ ਕੋਠੀਆਂ ਪਾ ਕੇ ਆ ਜਾਓ ਤੇ ਉਹ ਇੱਕ ਜਿਹੜੀ ਆਪਣੀ ਇੱਕ ਲੋੜ ਅਨੁਸਾਰ ਨਾ ਲੋੜ ਜੀ ਆ ਵੀ ਜਾਣਾ ਵਿਆਹ ਕਰਨਾ ਕਿਸੇ ਦਾ ਕੋਈ ਹੋਰ ਕਰਨਾ ਇਹੀ ਆ ਉੱਥੇ ਕੋਈ ਛੱਜੂ ਦੇ ਚੁਬਾਰੇ ਨਾਲ ਲਗਾ ਹੈ ਨਹੀਂ ਉਹ ਲਗਾ ਉਦੋਂ ਹੀ ਸੀਗਾ ਹੁਣ ਦੇਖੋ ਵੀ ਆਪਣੇ ਜਿਹੜੇ ਬਜ਼ੁਰਗ ਇੱਥੇ ਗੁਰਦੁਆਰੇ ਜਾਂਦੇ ਆ ਸਦਾ ਜੀ ਤਿੰਨ ਚਾਰ ਤਰ੍ਹਾਂ ਦਾ ਖਾਣਾ ਬਣਿਆ ਹੁੰਦਾ ਸਬਜ਼ੀ ਦਾਲ ਛੋਲੇ ਪਕੌੜੇ ਹਾਂਜੀ ਨਾਲ ਬਰਫੀ ਪਈ ਹੈ ਉੱਥੇ ਕਿੱਥੇ ਮਿਲਦਾ ਸੀਗਾ ਨਹੀਂ ਉੱਥੇ ਲਗਾਓ ਘਟਣ ਦਾ ਕਾਰਨ ਚਲੋ ਅਸੀਂ ਪੈਸੇ ਧੇਲੇ ਦੀ ਗੱਲ ਜੇ ਛੱਡ ਦਈਏ ਲਗਾਓ ਘਟਣ ਦਾ ਕਾਰਨ ਮੈਂ ਸਮਝਦਾ ਇੱਕ ਸਿਸਟਮ ਵੀ ਹੈਗਾ ਜਿਹੜਾ ਕਿ ਹੁਣ ਬਹੁਤ ਮਾੜਾ ਹੋ ਗਿਆ ਤੇ ਪਹਿਲਾਂ ਚੰਗਾ ਸਿਸਟਮ ਬਹੁਤ ਮਾੜਾ ਹੋ ਗਿਆ ਹੁਣ ਅਸੀਂ ਜਾਂਦੇ ਜਦੋਂ ਨਾ ਉੱਥੇ ਹੈ ਹੀ ਨਹੀਂ ਸਿਸਟਮ ਉੱਥੇ ਤੁਸੀਂ ਮਤਲਬ ਵੀ ਬਚ ਬਚਾ ਕੇ ਆ ਜਾਓ ਕਈ ਵਾਰੀ ਤਾਂ ਤੁਹਾਨੂੰ ਜੇ ਤੁਹਾਡੇ ਕੋਲ ਮਾੜੀ ਗਲਤੀ ਹੋ ਜਾਵੇ ਤਾਂ ਲੋਕ ਕੁੱਟਣ ਤੱਕ ਜਾਂਦੇ ਆ ਲੋਕ ਜੇ ਤੁਸੀਂ ਡਿੱਕੇ ਆ ਜਾਓ ਨਾ ਠੀਕ ਆ ਤੇ ਮੈਂ ਆਪਦੇ ਡਰਾਈਵਰ ਦਾ ਮੇਰਾ ਡਰਾਈਵਰ ਕੁੱਟ ਦੇਣਾ ਸੀਗਾ ਸ਼ਹਿਰ ਦੇ ਵਿੱਚ ਉਹਨੂੰ ਸਿਰਫ $2,000 ਹੀ ਸੀਗਾ ਮੈਂ ਭੱਜ ਕੇ ਜਾ ਕੇ ਗਿਆ ਮੈਂ ਕਿਹਾ ਦੁਕਾਨ ਤੇ ਖੜਾ ਸੀਗਾ ਉਹ ਮੈਂ ਕਿਹਾ ਵੀ ਕੀ ਗੱਲ ਹੋ ਗਈ ਕਹਿੰਦੇ ਸਕੂਟਰੀ ਸਾਡੀ ਪਿੱਛੇ ਥੱਲੇ ਦੇਤੀ ਅੱਛਾ ਮੈਂ ਕਿਹਾ ਸਕੂਟਰੀ ਉਹ ਕਹਿੰਦਾ ਸਕੂਟਰੀ ਦੇ ਪਿੱਛੋਂ ਥੱਲੇ ਦਿੱਤੀ ਆ ਵੀ ਉਹ ਕਹੋ ਵੀ ਤੁਸੀਂ ਪੈਸੇ ਲੈਣੇ ਤੋਂ ਇਹ ਨਾ ਕਹੋ ਵੀ ਮੈਂ ਥੱਲੇ ਦਿੱਤੀ ਆ ਪਿੱਛੋਂ ਸਕੂਟਰੀ ਦਿੱਤੀ ਆ ਉਹ ਜੀ ਉਹਨੂੰ ਪੂਰਾ ਢਾਉਣ ਨੂੰ ਸਾਰਾ ਸ਼ਹਿਰ ਕਿਹਾ ਮੈਂ ਹਟਾਇਆ ਮੈਂ ਉਹਨਾਂ ਨੂੰ ਮੈਂ ਕਿਹਾ ਗੱਲ ਕੀ ਹੈ ਦੱਸੋ ਉਹ ਕਹਿੰਦਾ ਸਾਡੀ ਸਕੂਟਰੀ ਦੇ ਪੈਸੇ ਭਰ ਦੇ ਮੈਂ ਕਿਹਾ ਚੱਲ ਤੂੰ ਮੈਂ ਕਿਹਾ ਜਾ ਡਰਾਈਵਰ ਨੂੰ ਕਿਹਾ ਭੱਜ ਤੂੰ ਗੱਡੀ ਜਾ ਕੇ ਬੈਠ ਮੈਂ ਉਹਨਾਂ ਨੂੰ ਕਿਹਾ ਵੀ ਸੱਦੋ ਇੱਥੇ ਹੁਣੇ ਐਸਟੀਮੇਟ ਲਓ ਕਿੰਨੇ ਪੈਸੇ 2200 ਰੁਪਏ ਬਣੇ 2200 ਰੁਪਏ ਪਿੱਛੇ ਉਹਨਾਂ ਨੇ ਅੰਮ੍ਰਿਤਧਾਰੀ ਬੰਦੇ ਦੀ ਛਿੱਲ ਦੇੜ ਦੇਣੀ ਉੱਥੇ ਹਾਲਾਤ ਜਿਹੜੇ ਆ ਨਾ ਇਹ ਹੈ ਨੀ ਆਪਾਂ ਜਾਣੇ ਜ਼ਰੂਰ ਆ
ਜੇ ਤੁਸੀਂ ਐਵੇਂ ਅਣਪਟਕੇ ਕਿਤੇ ਕਾਬੂ ਆ ਗਏ ਨਾ ਮਾੜੀ ਮੋਟੀ ਗੱਲ ਦੀ ਜੀ, ਤੇ ਥੋੜਾ ਐਸਾ ਰਗੜਾ ਬੰਨਦੇ ਆ ਵੀ ਤੁਸੀਂ ਯਾਦ ਹੀ ਰੱਖੋਗੇ। ਬਿਲਕੁਲ ਜੀ ਬਿਲਕੁਲ, ਇਸ ਕਰਕੇ ਲਗਾ ਲਗੂ ਵਾਲੀ ਗੱਲ ਉੱਥੇ ਹੁਣ ਖਤਮ ਆ। ਮਿਹਰਬਾਨੀ ਗਿੱਲ ਸਾਹਿਬ ਤੁਹਾਡੀ, ਬਹੁਤ ਮਿਹਰਬਾਨੀ। ਹਾਂਜੀ, ਇੱਕ ਹੋਰ ਜੇ ਕਵਿਤਾ ਸੁਣੀ ਤਾਂ ਦੇਖ ਲਓ ਇੱਕ ਮਿੰਟ। ਆਪਾਂ ਕਵਿਤਾ ਫਿਰ ਸਮਾਂ ਹੁਣ ਥੋੜ੍ਹਾ ਅਸਲ 'ਚ ਆਪਾਂ ਸਮਾਂ ਪਹਿਲਾਂ ਲੈ ਲਿਆ, ਆਪਾਂ ਕੱਲ੍ਹ ਕੁੱਲ ਨੂੰ ਸੁਣ ਲਾਂਗੇ, ਮੰਡੇ ਨੂੰ ਸੁਣ ਲਾਂਗੇ ਜੀ। ਓਕੇ ਠੀਕ ਹੈ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਵੀਰੇ, ਕੀ ਹਾਲ ਚਾਲ ਆ? ਸੁਰਿੰਦਰ ਸਿੰਘ ਜੀ ਵਧੀਆ, ਤੁਸੀਂ ਸੁਣਾਓ? ਇੱਥੇ ਆਪਣੇ ਵੀ ਇੱਦਾਂ ਦਾ ਮਾਹੌਲ, ਸਟੋਰਾਂ ਸਟੂਰਾਂ 'ਤੇ ਅੱਜ ਮੈਂ ਗਿਆ ਸੀ, ਇੱਕ ਦੋ 'ਤੇ ਪਾਣੀ ਪੂਣੀ ਲੈਣ ਤਾਂ ਮਿਲਿਆ ਹੀ ਨਹੀਂ। ਕਹਿੰਦੇ ਮਿਲਦਾ ਨਹੀਂ ਕੁਛ ਵੀ, ਮੈਂ ਤਾਂ ਗਿਆ ਨਹੀਂ ਸਟੋਰਾਂ 'ਚ, ਪਾਣੀ ਪੂਣੀ ਵੀ ਨਹੀਂ ਮਿਲਦਾ। ਅੱਛਾ, ਜਿਹੜਾ ਜਿਹੜਾ ਆਹ ਜਿੱਥੇ ਨੈਪਕਿਨ ਪਏ ਹੁੰਦੇ ਜਾਂ ਟੋਇਲਟ ਪੇਪਰ ਪਏ ਹੁੰਦੇ, ਉਹ ਤਾਂ ਖਾਨੇ ਜਮ੍ਹਾਂ ਹੀ ਸਫਾ ਚਿੱਟ ਹੋਏ ਪਏ। ਬਿਲਕੁਲ ਜੀ, ਕਹਿੰਦੇ ਬਿਲਕੁਲ ਖਾਲੀ ਪਿਆ ਸਭ ਕੁਛ। ਆਹ ਸੈਨੇਟਾਈਜ਼ਰ ਕਦੇ ਨਾਂ ਵੀ ਨਹੀਂ ਸੁਣਿਆ ਸੀਗਾ ਜੀ ਉੱਥੇ, ਦੇਖ ਲਓ ਜੀ ਇੱਥੇ ਉਹ ਹੀ ਸਭ ਕੁਛ ਹੋਇਆ ਹੋਇਆ ਲੋਕਾਂ ਵਾਸਤੇ ਵੀ। ਸੈਨੇਟਾਈਜ਼ਰ ਜਿਵੇਂ ਖਾਣਾ ਹੁੰਦਾ ਵੀ ਉਹਨੂੰ ਹੱਥ ਸਾਫ਼ ਕਰਨੇ, ਹੱਥ ਸਾਬਣਾ ਵੀ ਸਾਫ਼ ਹੋ ਜਾਂਦੇ, ਪਰ ਉਹ ਨਹੀਂ ਜੀ, ਸੈਨੇਟਾਈਜ਼ਰ ਕਿਸੇ ਵੀ ਸਟੋਰ 'ਚ ਹੈ ਨਹੀਂ ਜੀ। ਚਲੋ ਹਾਂਜੀ, ਆਪਾਂ ਜਿੱਦਾਂ ਨਾ ਕਿਸੇ ਵੇਲੇ ਕੋਈ ਚੀਜ਼ ਵਾਧੂ ਹੋ ਜਾਣੀ ਤਾਂ ਉਹ ਨਹੀਂ ਫਿਰ ਕਹਿਣਾ ਵੀ ਇਹ ਚੀਜ਼ ਸ਼ੋਰਟੇਜ ਹੋਣ ਲੱਗੀ, ਫਿਰ ਲੋਕਾਂ ਨੇ ਚੱਕ ਲੈਣੇ ਕਿੰਨੀਆਂ ਪੀਪੇ ਵੀ ਤੇਲ ਦੇ ਭਰ ਭਰ ਰੱਖ ਲੈਣੇ ਫਿਰ। ਇਹਦੇ ਪਿੱਛੇ ਵੀ, ਇਹਦੇ ਪਿੱਛੇ ਵੀ ਏਜੰਸੀਆਂ ਇਹ ਕਹਿੰਦੀਆਂ ਨੇ ਮੇ ਬੀ ਕਿ ਵੱਡੀਆਂ ਕੰਪਨੀਆਂ ਦਾ ਕੋਈ ਨਾ ਕੋਈ ਹੱਥ ਹੋ ਸਕਦਾ ਹੈ। ਕਰੋਨਾ ਦਾ ਅਲੱਗ ਚੀਜ਼ ਹੈ ਇਹਨੂੰ, ਨਹੀਂ ਤਾਂ ਹੁਣ ਮਤਲਬ ਸੋਚਣ ਵਾਲੀ ਗੱਲ ਸੁਰਿੰਦਰ ਸਿੰਘ ਜੀ ਵੀ ਜੇ ਡੈਥਾਂ ਹੁੰਦੀਆਂ ਨੇ 2-4 ਹਜ਼ਾਰ 5 ਹਜ਼ਾਰ ਹੋਈਆਂ ਨੇ, ਉਹ ਤਾਂ ਸਮਾਨ ਵੱਧ ਗਿਆ ਜਿਹੜਾ ਉਹਨਾਂ ਨੇ ਵਰਤਣਾ ਸੀ। ਆਹੋ ਜੀ, ਉਹ ਇੱਡਾ ਯਾਰ ਮੁਲਕ ਆ, ਇੰਨੀ ਦੁਨੀਆ ਆ, ਕੋਈ ਨਾ ਕੋਈ ਤਾਂ ਹੁੰਦਾ ਰਹਿੰਦਾ। ਹੁਣ ਜੇ ਜੇ ਕਰੋਨਾ ਵਾਇਰਸ ਹੋ ਗਿਆ ਤਾਂ ਸਮਾਨ ਫਿਰ ਉਹ ਕੀ ਕਰੋਗੇ ਤੁਸੀਂ? ਚਲੋ ਨਾ ਹੀ ਹੋਵੇ ਕਿਸੇ ਨੂੰ, ਆਪਾਂ ਗੱਲ ਕਰੀਏ ਪਿੰਡਾਂ ਦੀ। ਹਾਂਜੀ, ਤੁਸੀਂ ਪਿੰਡਾਂ ਦੀ ਜ਼ਿਕਰ ਪਹਿਲਾਂ ਬਹੁਤ ਵਾਰੀ ਕੀਤਾ ਵੈਸੇ ਆਪਾਂ, ਅਤੇ ਅੱਜ ਕੱਲ੍ਹ ਲਗਾਓ ਅਤੇ ਮੁਹੱਬਤ ਕਿੰਨਾ ਕੁ ਰਹਿ ਗਿਆ ਪੰਜਾਬੀਆਂ ਦਾ ਆਪਣੇ ਪਿੰਡਾਂ ਨਾਲ? ਪਿੰਡਾਂ ਨਾਲ ਤੇ ਤਾਂ ਬਹੁਤ ਆ, ਮੁਹੱਬਤ ਬਹੁਤ ਆ। ਜੇ ਕਿਤੇ ਉੱਥੇ ਹੋਰ ਤਾਂ ਕੋਈ ਐਡੀ ਸਮੱਸਿਆ ਨਹੀਂ, ਆਪਾਂ ਨੂੰ ਲਾ ਕਾਨੂੰਨ ਦੀ ਸਮੱਸਿਆ ਹੈ। ਜੇ ਕਿਤੇ ਉਹ ਸੁਧਰ ਜਾਵੇ ਤੇ ਰਹਿਣ ਸਹਿਣ ਦਾ ਹੋ ਜਾਵੇ ਤਾਂ ਕੋਈ ਐਡੀ ਗੱਲ ਤਾਂ ਹੈ ਨਹੀਂ ਗੀ। ਪਰ ਜਿਹੜਾ ਸੁੱਖ ਤੁਸੀਂ ਕਹਿੰਦੇ ਛੱਜੂ ਵਿੱਚ ਬਾਰੇ, ਉਹ ਮਨ ਨੇ ਸੁੱਖ ਲੈਣਾ ਜੱਗੀ ਜੀ। ਉਹ ਤੱਤੀ ਤਵੀ ਤੇ ਬਹਿ ਕੇ ਵੀ ਸੁਖੀ ਸੀ, ਉਹ ਮਾਛੂਵੜ ਦੇ ਜੰਗਲਾਂ 'ਚ ਪਰਿਵਾਰ ਕੇ ਵੀ ਸੁਖੀ ਸੁੱਤਾ ਪਿਆ ਸੀ। ਮਨ ਨੇ ਸੁੱਖ ਲੈਣਾ ਆ, ਸਾਡਾ ਮਨ ਤਾਂ ਕੋਠੀਆਂ 'ਚ ਬੈਠਾ ਵੀ ਜਲਿਆ ਆ, ਤੇ ਇਹ ਤਾਂ ਸੁੱਖ ਮਨ ਦੇ ਹੁੰਦੇ ਆ। ਕਿਤੇ ਵੀ ਬੰਦਾ ਬਹਿ ਜੀ ਉੱਥੇ ਮਨ ਦੇ ਸੁੱਖ ਲੈ ਲੈਂਦਾ ਆ। ਨਹੀਂ ਫਿਰ ਵੀ ਬਾਕੀ ਯਾਦ ਤਾਂ ਜਿੱਥੇ ਤੁਸੀਂ 20 ਸਾਲ ਦੇ ਪਲੇ, ਕੋਈ ਵੀ ਆਪਾਂ ਇਹਨਾਂ ਨਿਆਣਿਆਂ ਨੂੰ ਆਪਾਂ ਕਹਿੰਦੇ ਜਿੱਥੇ 20 ਸਾਲ ਦੇ ਪਲੇ, ਉਹਨਾਂ ਮੋਹ ਬਿਲਕੁਲ ਪੈ ਜਾਂਦਾ ਧਰਤੀ ਦੇ ਨਾਲ, ਮੋਹ ਪੈ ਜਾਂਦਾ ਕਿਉਂਕਿ ਧਰਤੀ 'ਚੋਂ ਸਾਡੀ ਖੁਰਾਕ ਨਿਕਲਦੀ ਆ, ਧਰਤੀ 'ਚ ਅਸੀਂ ਰਹਿਣਾ, ਧਰਤੀ 'ਚ ਤੁਰਨਾ ਫਿਰਨਾ, ਉਹਨਾਂ ਫਿਰ ਮੋਹ ਪੈ ਜਾਂਦਾ ਜੀ। ਚਲੋ ਮਿਹਰਬਾਨੀ ਜੀ ਬਹੁਤ ਗੱਲਬਾਤ ਕਰਨ ਵਾਸਤੇ। ਤੇ ਮੋਹ ਜਿਹੜਾ ਇਹ ਮੋਹ ਛੱਡਦਾ ਨਹੀਂ, ਜਦੋਂ ਮੋਹ ਪੈ ਜਾਂਦਾ ਨਾ ਇਹ ਫਿਰ ਛੱਡਦਾ ਨਹੀਂ। ਭੁੱਲ ਭੁਲੇਖੇ ਜਾਂ ਪੰਜਾਬ ਯਾਦ ਆਉਂਦਾ ਹੈ, ਮੈਨੂੰ ਮੇਰੇ ਪਿੰਡ ਵਾਲਾ ਮੋਹ ਜਿਹਾ ਸਤਾਉਂਦਾ ਹੈ। ਬਗ ਪੈਂਦਾ ਨੀਰ ਤੇ ਅਹੋਕਾ ਜਿਹਾ ਭਰ ਕੇ, ਬੈਠ ਜਾ ਮੈਂ ਮੁੱਖ ਦੀ ਕੋਈ ਚੁੱਪ ਜਿਹੀ ਫੜ ਕੇ, ਕਮਲਾ ਜਿਹਾ ਦਿਲ ਕੁਝ ਬੋਲਣ ਨਹੀਂ ਚਾਹੁੰਦਾ ਏ, ਮੈਨੂੰ ਮੇਰੇ ਪਿੰਡ ਵਾਲਾ ਮੂੰਹ ਜਿਹਾ ਸਤਾਉਂਦਾ ਏ। ਚਾਰੇ ਪੰਜੇ ਪਿੰਡ ਦੀਆਂ ਘੁੰਮਿਆ ਮੈਂ ਗਲੀਆਂ, ਜਿੱਥੇ ਮੇਰੇ ਦਿਲ ਦੀਆਂ ਸੱਤਰਾਂ ਨੇ ਪਲੀਆਂ, ਕੋਨਾ ਕੋਨਾ ਕੋਲਾ ਕੋਲਾ ਬੜਾ ਹੀ ਰਵਾਉਂਦਾ ਏ। ਮੀਂਹ ਨਾਲ ਡਿੱਗੇ ਬੇਰੀ ਉੱਤੋਂ ਬੇਰ ਦਿਸਦੇ, ਚੁੱਕ ਕੇ ਸਕਾਉਣੇ ਕੋਠੇ ਮਿੱਠੇ ਮਿੱਠੇ ਪਿੱਸਦੇ, ਲੜ ਪੈਂਦੇ ਆਪਸ ਹੱਥ ਜੇ ਕੋਈ ਲਾਉਂਦਾ ਏ। ਕਿਸੇ ਗੱਲੋਂ ਊਣੇ ਨਾ ਹੀ ਘੱਟ ਆ, ਕੋਈ ਇੱਥੇ ਆ ਗਿੱਲ ਦੇ ਪਵਨ ਤਾਹੀਓ ਸਭੇ ਗੱਲਾਂ ਚੇਤੇ ਆ, ਪੁੱਛ ਕਦੇ ਦੇਖੀ ਝੱਟ ਉਂਗਲੀ ਗਣਾਉਂਦਾ ਏ, ਮੈਨੂੰ ਮੇਰੇ ਪਿੰਡ ਦਾ ਮੂੰਹ ਜਿਹਾ ਸਤਾਉਂਦਾ। ਜੱਗੀ ਜੀ ਮੈਨੂੰ ਮੇਰੇ ਪਿੰਡ ਦਾ ਮੂੰਹ ਜਿਹਾ ਸਤਾਉਂਦਾ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਸੁਰਿੰਦਰ ਸਿੰਘ ਜੀ, ਕਾਲਾਂ ਤੁਹਾਡੀਆਂ ਲਗਾਤਾਰ ਆ ਰਹੀਆਂ ਨੇ, ਪਰ ਬਾਕੀ ਦੀਆਂ ਕਾਲਾਂ ਜਿਹੜੀਆਂ ਆਪਾਂ ਉਹ ਬ੍ਰੇਕ ਤੋਂ ਬਾਅਦ ਲਵਾਂਗੇ। ਦੇਖਦੇ ਰਹੋ ਜਸ ਪੰਜਾਬੀ। ਚੱਲਦੇ ਹਾਂ ਜੀ ਛੱਜੂ ਦੇ ਚਬਾਰੇ ਵੱਲ, ਯਾਨੀ ਕਿ ਤੁਹਾਡੀਆਂ ਕਾਲਾਂ ਵੱਲ। ਕੀ ਵਿਚਾਰ ਨੇ ਤੁਹਾਡੇ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਰਦਾਰ ਗਿਆਨ ਸਿੰਘ ਜੀ, ਬਹੁਤ ਬਹੁਤ ਸਵਾਗਤ ਜੀ। ਹਾਂਜੀ ਹਾਂਜੀ, ਉਹ ਜਿਹੜੀ ਪਹਿਲੇ ਛੋਟੀ ਜਿਹੀ ਗੱਲ ਮੈਂ ਦੱਸਦਿਆਂ ਛੱਜੂ ਦੇ ਚਬਾਰੇ ਵਾਲੀ ਜੀ, ਉਸ ਉਹ ਛੱਜੂ ਇਹ ਬੰਦਾ ਸੀਗਾ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ, ਹਰ ਇੱਕ ਆਏ ਦਾ ਮਾਣ ਸਤਿਕਾਰ ਹੁੰਦਾ ਸੀ ਉੱਥੇ, ਹਰ ਜਿਹਨੂੰ ਜੋ ਡਿਮਾਂਡ ਉਹ ਪੂਰੀ ਕਰਦਾ ਸੀ। ਭਜਨ ਬੰਦਗੀ ਦਾ ਉੱਥੇ ਹਰ ਵੇਲੇ 24 ਘੰਟੇ ਚੱਲਦਾ ਸੀਗਾ, ਤੇ ਇਸ ਕਰਕੇ ਕਿਸੇ ਕੋਲ ਪੱਲੇ ਕੁਛ ਹੋਵੇ ਨਾ ਹੋਵੇ ਉਹਨੂੰ ਉੱਥੇ ਉਹ ਦਰਵਾਜ਼ਾ ਖੁੱਲ੍ਹਾ ਸੀ ਉਹ ਲਈ, ਇਸੇ ਕਰਕੇ ਉਹਨੂੰ ਤਰਜੀਹ ਦਿੱਤੀ ਆ ਵੀ ਉਹਦਾ ਮੁਕਾਬਲਾ ਨਹੀਂ ਹੈ ਜੀ। ਜਿਵੇਂ ਬਲਖ ਦੇ ਬਖਾਰਾ ਬਹੁਤ ਮਸ਼ਹੂਰ ਉਸ ਸਮੇਂ ਦਾ ਸ਼ਹਿਰ ਸੀਗਾ, ਉੱਥੇ ਤਜਾਰਤ ਹੁੰਦੀ ਸੀਗੀ, ਸਾਰੇ ਐਸ਼ੋ ਸ਼ਰਤੇ ਸਮਾਨ ਵੀ ਸੀਗੇ, ਪਰ ਉੱਥੇ ਖਰਚਾ ਕਰਕੇ ਉਹ ਹੁੰਦੇ ਸੀਗੇ, ਇੱਥੇ ਫ੍ਰੀ ਹੁੰਦਾ ਸੀਗਾ, ਇਸ ਕਰਕੇ ਕੰਪੇਅਰ ਕੀਤਾ ਸੀਗਾ। ਚਲੋ, ਤੇ ਮੈਂ ਵੀ ਦੇਖਿਆ ਵੈਸੇ ਲਾਹੌਰ, ਮੈਂ ਦੇਖਿਆ ਜਾਂਦੇ ਲਾਹੌਰ ਅਸੀਂ, ਹਾਂ ਜਾਂਦੇ ਰਹੇ ਅੱਸੀ 85 ਤੋਂ 5-6 ਦਫ਼ਾ ਗਿਆ ਮੈਂ ਜਥੇ ਨਾਲ, ਅਨਾਰਕਲੀ ਬਾਜ਼ਾਰ ਵੀ ਦੇਖਿਆ ਵੀ। ਚਲੋ, ਸਮੇਂ ਸਮੇਂ ਦੀ ਗੱਲ ਆ, ਉਦੋਂ ਮਸ਼ਹੂਰ ਇਸ ਕਰਕੇ ਹੋ ਗਿਆ ਸੀਗਾ, ਹੁਣ ਬਾਕੀ ਗੱਲ ਪਿੰਡ ਦੀ ਰਹਿ ਗਈ।
ਹੁਣ ਜਿੱਥੇ ਸਾਡਾ ਜਨਮ ਹੋਇਆ ਜਾਂ ਅਸੀਂ 20-25 ਸਾਲ ਪਹਿਲਾਂ ਜ਼ਿੰਦਗੀ ਦੇ ਗੁਜ਼ਾਰੇ ਆ, ਉਹ ਸਾਡਾ ਹਾਣ ਪਰਵਾਨ ਸਭ ਤੋਂ ਵੱਡੇ ਜਾਂ ਸਭ ਤੋਂ ਥੋੜੇ ਛੋਟੇ ਵੀ ਕਹਿ ਲਓ, ਇੰਨਾ ਪਿਆਰ ਸੀ ਕਿ ਜਿਹੜਾ ਕਿ ਪਿਆਰ ਦੀ ਖੇਚੀ ਸੀਗੀ, ਹੋਰ ਇਸ ਤੋਂ ਵੱਧ ਕੋਈ ਨਹੀਂ ਸੀਗਾ, ਹੈ ਨਾ ਜੀ, ਕੋਈ ਈਰਖਾ ਨਹੀਂ ਸੀ ਸਾਡੇ ਸਮੇਂ ਚ ਹੁੰਦੀ, ਤੇ ਇਸ ਕਰਕੇ ਮੋਹ ਤੇ ਸੀਗਾ ਇੱਕ ਦੂਜੇ ਚ, ਠੀਕ ਨਹੀਂ। ਹੁਣ ਜਿੱਦਾਂ ਕਹਿ ਲਓ ਵੀ ਅਸੀਂ ਉੱਥੇ ਜੰਮੇ ਪਲੇ, ਖੇਤੀਬਾੜੀ ਕੀਤੀ, ਸੋਹਣਾ ਕੰਮ ਕਾਰ ਸੀਗਾ, ਪਰ ਜਦੋਂ ਫਿਰ ਸਮਾਂ ਆ ਗਿਆ ਵੀ ਉੱਥੇ ਨਹੀਂ ਗਾਹ ਗੁਜ਼ਾਰਾ ਚੱਲ ਸਕਦਾ, ਫਿਰ ਅਸੀਂ ਸ਼ਹਿਰ ਮੂਵ ਹੋ ਗਏ, ਫਿਰ ਕਾਰੋਬਾਰ ਕੀਤਾ ਆਪਣਾ, ਠੀਕ ਨਹੀਂ, ਫਿਰ ਇੱਥੇ ਘਰ ਬਣਾ ਲਿਆ, ਫਿਰ ਉਹ ਪਿਓ ਪਿਆਰ ਸਾਨੂੰ ਇੱਥੇ ਆਪਣੇ ਘਰ ਨਾਲ ਹੀ ਪਾਉਣਾ ਪੈਣਾ ਸੀ, ਜਿੱਥੇ ਅਸੀਂ ਗਾਹ ਬਾਕੀ ਬੱਚੇ ਪਾਲਣੇ ਪੋਸਣੇ, ਵਿਹਾਰ ਕਾਰੋਬਾਰ ਕਰਨੇ, ਫਿਰ ਇੱਥੇ ਸਾਡੇ ਅਸੀਂ 52-53 ਸ਼ਹਿਰ ਹੋ ਗਏ ਆ ਗਏ, ਠੀਕ ਨਹੀਂ, ਤੇ ਹੁਣ ਪਿੰਡ ਤਾਂ ਨਹੀਂ ਭੁੱਲਦਾ, ਹੁਣ ਵੀ ਜਾਨਾ ਤੇ ਪਿੰਡ ਹੋ ਕੇ ਆਉਣਾ, ਪਰ ਸਾਡੇ ਤਾਂ ਰਹਿ ਨੀ ਸਾਥੀ, ਦੋ ਸਾਥੀ ਰਹਿ ਗਏ ਮੇਰੀ ਉਮਰ ਦੇ, ਮੈਂ ਜਦ ਘੁੰਮ ਕੇ ਦੇਖ ਕੇ ਆਇਆ, ਹਾਂ ਜੀ ਹੈ ਜੀ, ਇੱਕ ਦਾ ਤਾਂ ਨਿਗਾਹ ਗਾਖਾਂ ਬੰਦ ਹੋ ਗਈ, ਇੱਕ ਦੇ ਫੋੜੇ ਫੜੇ ਨਿਕਲੇ ਹੋਏ ਆ, ਬਾਕੀ ਸਾਰੇ ਚੱਲਦੇ ਬਣੇ, ਗੱਲ ਹੀ ਕੁਛ ਨੀ ਗੀ, ਤੁਰੇ ਰਹੇ ਨੇ, ਸਾਡਾ ਮਾਹੌਲ ਸੇਮ ਆ, ਹੈ ਜੀ, ਤੇ ਫਿਰ ਜਲੰਧਰ ਅਸੀਂ ਮੂਵ ਹੋ ਗਏ, ਜਿੱਦਾਂ ਕੋਈ ਬੱਚੇ ਸਾਡੇ ਕੋਲ, ਜਿੱਦਾਂ ਕੁਦਰਤ ਵੱਲੋਂ ਚਲੋ ਅੰਜਲ ਸੰਜੋਗ ਹੁੰਦੇ ਆ, ਇਹ 78 ਤੋਂ ਲਾ ਕੇ ਸਾਡੇ ਬੱਚੇ ਬਾਹਰ ਵਿਆਹਣੇ ਸ਼ੁਰੂ ਹੋ ਗਏ, ਹੈ ਜੀ, ਪੰਜੇ ਬੱਚੇ ਸੀ ਮੇਰੇ, ਉਹਨਾਂ ਦੇ ਅੰਜਲ ਸੰਜੋਗ ਇੰਗਲੈਂਡ, ਕੈਨੇਡਾ ਤੇ ਅਮਰੀਕਾ ਚ ਬਣ ਗਏ, ਬੱਚੇ ਇੱਥੇ ਆ ਕੇ ਕਾਰੋਬਾਰ ਕਰ, ਮੈਂ ਤਾਂ ਵਿਜ਼ਿਟਰ ਆਉਂਦਾ ਰਿਹਾ 78 ਤੋਂ ਲੈ 78 ਤੋਂ ਲਾ ਕੇ ਸਾਰੇ ਮੁਲਕਾਂ ਚ, ਪਰ ਪਰਮਾਨੈਂਟ 2000 ਚ ਆਇਆ ਸੀ ਅਮਰੀਕਾ ਚ, ਪਰਮਾਨੈਂਟ, ਪਰਮਾਨੈਂਟ ਆ ਕੇ ਵੀ 6 ਮਹੀਨੇ ਇੱਥੇ, 6 ਮਹੀਨੇ ਇੰਡੀਆ, 6 ਸਾਲ ਏਦਾਂ ਕੱਢੇ ਸੀ, ਹੈ ਜੀ, ਉਸ ਤੋਂ ਮਗਰੋਂ ਸਿਟੀਜ਼ਨਸ਼ਿਪ ਲੈ ਲਈ, ਫਿਰ ਥੋੜੀ ਜਿਹੀ ਸਾਡਾ ਸਟੇਟਸ ਚੇਂਜ ਹੋ ਗਿਆ, ਫਿਰ ਕੋਈ ਥੋੜ੍ਹਾ ਜਿੱਦਾਂ ਕਹਿ ਲਓ ਵੀ ਵੱਧ ਰਹਿ ਨਹੀਂ ਸਕਦੇ ਸੀ, ਫਿਰ 1 ਮਹੀਨਾ ਇੰਡੀਆ ਤੇ 5 ਮਹੀਨੇ ਇੱਥੇ, ਤਾਂ ਕਰਕੇ ਸਾਲ 'ਚ 2 ਵਾਰ ਇੰਡੀਆ ਕਰਦੇ, ਸਾਨੂੰ ਕੋਈ ਫਰਕ ਨਹੀਂ ਮਿਲੇਗੀ, ਤੇ ਸਾਡੇ ਤਾਂ ਸਾਰੇ ਕਾਰਜ ਪਰਮਾਤਮਾ ਨੇ ਕੀਤੇ ਆ, ਪਿੰਡ ਵਿੱਚ ਸਾਡਾ ਘਰ ਵੀ ਹੈਗਾ, ਬੰਦ ਪਿਆ ਕੁਛ ਨੀ ਗਾ, ਜਲੰਧਰ ਘਰ ਸਾਡਾ ਖੁੱਲ੍ਹਾ ਆ, ਸਾਡੇ ਬੱਚੇ ਜਾਂਦੇ ਆ, ਰਹਿੰਦੇ ਆ, ਖੋਲਦੇ ਜਾਂਦੇ ਰਹਿੰਦੇ, ਕੋਈ ਫਰਕ ਹੀ ਨੀਗਾ, ਵਾਰੀ ਵਾਰੀ ਜਾਂਦੇ ਰਹਿੰਦੇ ਆ, ਮਿਹਰਬਾਨੀ, ਅਸੀਂ ਨਹੀਂ ਛੱਡਿਆ ਪਿੱਛਾ ਵੀ, ਮਿਹਰਬਾਨੀ ਬਹੁਤ ਗਿਆਨ ਸਿੰਘ ਜੀ, ਤੁਹਾਡੀ ਬਹੁਤ ਮਿਹਰਬਾਨੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਜੱਗੀ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ ਜੀ। ਮੈਂ ਬੋਲ ਰਿਹਾ ਜੀ, ਮੈਂ ਜਗਤਾਰ ਸਿੰਘ ਜੱਗੀ ਬੋਲ ਰਿਹਾ, ਆਪ ਜੀ ਕੌਣ? ਇਹ ਮੈਂ ਜਗਦੇਵ ਸਿੰਘ ਸੂਚ ਬੋਲ ਰਿਹਾ, ਜਿਹੜੀ ਛੱਜੂ ਦੇ ਚੁਬਾਰੇ ਬਾਰੇ ਗੱਲ ਕਰਦੇ, ਮੈਂ ਵੀ ਇਹਨਾਂ ਨੂੰ ਥੋੜ੍ਹੀ ਜਿਹੀ ਆਪਣੀ ਆਪਣਾ ਖਿਆਲ ਦੱਸ ਦਿਆਂ। ਹਾਂ ਜ਼ਰੂਰ ਜੀ, ਮੈਂ ਬੋਲ ਰਿਹਾ, ਤੁਹਾਡੀ ਕਾਲ ਲਾਈਵ ਲੱਗੀ ਹੋਈ ਹੈ ਇਸ ਤਰ੍ਹਾਂ ਜਗਦੇਵ ਸਿੰਘ ਜੀ। ਉਹ ਜੱਗੀ ਸਾਹਿਬ, ਇਹ ਆ ਕਿ ਮੈਂ 1906 ਦੇ ਵਿੱਚ, ਮੈਂ ਜਗਦੇਵ ਸਿੰਘ ਸੂਚ ਬੋਲਦਾ ਜੀ ਜੀ, ਮੈਂ 1906 ਦੇ ਵਿੱਚ ਮੈਂ ਪਾਕਿਸਤਾਨ ਗਿਆ ਸੀ, ਮੈਂ ਸਭ ਘੁੰਮ ਘੁੰਮ ਕੇ ਦੇਖਿਆ 1906 ਚ। ਹਾਂਜੀ, ਇੱਕ ਸੱਜਣ ਮੈਨੂੰ ਮਿਲਿਆ, ਹੁਣ ਤੁਹਾਡੇ ਗੱਲ ਜੱਜੂ ਦਾ ਸਾਹਿਬ ਨੇ ਨਾਂ ਸੀ, ਉਹ ਮੇਰੇ ਤੋਂ ਓਲਡ ਸੀ, ਮੈਂ ਹੁਣ 84 ਸਾਲ ਦਾ, ਮੇਰੇ ਤੋਂ ਓਲਡ ਏਜ ਸੀਗਾ। ਅੱਛਾ ਜੀ। ਉਹਨਾਂ ਮੈਂ ਗੱਲ ਕੀਤੀ ਵੀ ਜੋਸੁਖ ਛੱਜੂ ਦੇ ਚੁਬਾਰੇ ਉਹ ਬਲਖ ਮੁਖਾ ਰਹੇ ਸੀ, ਪੜ੍ਹਦੇ ਹੁੰਦੇ ਸੀ, ਇਹਦਾ ਕੀ ਅਸਲੀ ਮਕਸਦ ਹੈ? ਉਹ ਕਹਿਣ ਲੱਗਾ, ਉਹ ਮੈਨੂੰ ਫਿਰ ਸਾਰੀ ਗੱਲ ਸੁਣਾਈ, ਕਹਿੰਦਾ ਛੱਜੂ ਜਹਾਂਗੀਰ ਦੇ, ਗੁਰੂ ਅਰਜਨ ਦੇਵ ਜੀ ਦੇ ਤੇ ਮੀਆਂ ਮੀਰ ਦੇ ਟਾਈਮ ਦੇ ਵਿੱਚ ਸਨ ਜੀ। ਹਾਂ, ਜਹਾਂਗੀਰ ਤੇ ਸ਼ਾਹ ਸ਼ਾਹ, ਉਹ ਵੀ ਉਦੋਂ ਸੀਗੇ ਸ਼ਹਿਨਸ਼ਾਹ। ਅੱਜ ਜਿਹੜੀ ਇਹ ਗੱਲ ਦੱਸਦੇ, ਅੱਜ ਮੈਂ ਅਖਬਾਰ ਤੇ ਪੜ੍ਹੀ, ਮੈਨੂੰ ਪਹਿਲਾਂ ਦਾ ਪਤਾ ਸੀ ਜੀ ਜੀ, ਭੱਜ ਗਿਆ ਸੀ ਉਹ ਖਤਰੇ। ਉਹ ਮੈਂ ਹੁਣ ਤੋਂ ਆਪਣੀ ਗੱਲ ਦੱਸਦਾ ਜੀ, ਉੱਥੇ ਉਸ ਵੇਲੇ ਇੱਕ ਨਵਾਬ ਸੀ ਲਾਹੌਰ ਦਾ ਜੀ, ਉਹਦਾ ਇੱਕ ਲੜਕਾ ਸੀ, ਉਹਦਾ ਉਹਨੂੰ ਬੰਨ ਪੈ ਗਿਆ। ਉਹ ਉਦੋਂ ਡਾਕਟਰੀ ਘੱਟ ਸੀ, ਜਿਹੜੇ ਹਕੀਮ ਸੀ ਨਾ, ਆਪਾਂ ਗਿਆ ਸਾਰਿਆਂ ਵਾ ਘੁੰਮ ਰਿਹਾ, ਉਹਨੂੰ ਉਹਦਾ ਬੰਨ ਨਾ ਟੁੱਟਾ। ਉਹ ਫਿਰ ਇੱਕ ਉਹਨੂੰ ਰੱਬ ਦਾ ਪਿਆਰਾ ਬੰਦਾ ਮਿਲਿਆ, ਉਹ ਕਹਿੰਦਾ ਵੀ ਤੂੰ ਉਸ ਬੰਦੇ ਬਾਰੇ ਜਿਹੜਾ ਜਿਹੜਾ ਰੱਬ ਦਾ ਪਿਆਰਾ ਅਮਰਬਾਣੀ ਕਰੇ, ਤਾਰੇ ਦਾ ਬੰਨ ਟੁੱਟੂਗਾ ਜੀ 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 ਜੀ। ਉਹ ਮੀਆਂ ਮੀਰ ਕੋਲ ਚਲ ਗਿਆ, ਉਹ ਮੀਆਂ ਮੀਰ ਹੀ ਸੀ ਸਭ ਤੋਂ ਉੱਚਾ ਜੀ। ਜਿਹੜੇ ਮੀਆਂ ਮੀਰ ਪਾ ਗਿਆ, ਉਹ ਕਹਿੰਦਾ ਮੇਰੇ ਤੋਂ ਵੀ ਤਾਂ ਇੱਕ ਹੈਗਾ। ਅੱਛਾ ਜੀ। ਉਹ ਕਹਿੰਦਾ ਮੈਨੂੰ ਉਹਨੂੰ ਮਿਲਾ ਜੀ। ਉਹ ਲਾਹੌਰ ਦੀ ਛੋਟੀ ਜਿਹੀ ਗਲੀ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਕਰਦਾ ਛੱਜੂ ਮੱਲ। ਅੱਛਾ ਜੀ। ਖੱਤਰੀ ਸੀ ਇਹ ਪਾਟੀਆ। ਹਾਂ ਜੀ ਹਾਂ ਜੀ ਹਾਂ ਜੀ। ਉਹ ਜਿਹੜੇ ਨਵਾਬ ਨੂੰ ਲੈ ਕੇ ਨਾਲ ਗਿਆ, ਤੇ ਉਹ ਨਵਾਬ ਦੇ ਨਾਲ ਫੌਜ ਪਿਆਦਾ ਵੀ ਹੋਊਗੀ ਜੀ। ਉਹ ਜਿਹੜੇ ਗਲੀ ਵਿੱਚ ਜਾਂਦੇ ਉਹਨੂੰ ਮੈਂ ਨਾ, ਉਹ ਬਾਹਰ ਬੈਠਾ ਪਰਨਾ ਲਾ ਕੇ, ਤਾਂ ਇਹ ਆਪਣੇ ਦੁਕਾਨ ਦੇ ਮੂਹਰੇ ਬੈਠਾ ਜੀ, ਜਿਹਨੇ ਉਹਨੂੰ ਗਲੀ ਚੋਂ ਆਉਂਦੇ ਦੇਖੇ ਨਾ ਵੀ ਬੰਦੇ ਆਉਂਦੇ ਆ, ਤੇ ਉਹ ਅੰਦਰ ਵੜ ਗਿਆ ਉਹ ਜੀ।
ਉੱਥੇ ਜਾ ਕੇ ਬੰਦੇ ਖੜ ਗਏ ਤਾਂ ਮੀਆਂ ਮੀਰ ਨੂੰ ਪਤਾ ਸੀ, ਰੱਬ ਦੇ ਪਿਆਰੇ ਨੂੰ ਰੱਬ ਦੇ ਪਿਆਰਿਆਂ ਦਾ ਪਤਾ ਹੁੰਦਾ ਜੀ ਜੀ ਜੀ। ਉਹ ਅੰਦਰ ਜੇ ਉੱਠ ਕੇ ਕਹਿੰਦਾ ਆਵੇ ਬਾਹਰ ਤੋਂ ਅੰਦਰ ਕੋ ਲੋਕ ਗਿਆ। ਅੱਛਾ ਜੀ। ਉਹ ਮੀਆਂ ਮੀਰ ਨੂੰ ਕਹਿੰਦਾ ਵੀ ਤੂੰ ਮੈਨੂੰ ਅੰਦਰ ਬੈਠੇ ਨੂੰ ਵੀ ਰਹਿਣ ਦਿੰਦਾ, ਹੁਣ ਆਉਣਾ ਪੈਣਾ ਬਾਹਰ ਆ ਗਿਆ। ਅੱਛਾ ਜੀ, ਆਪਾਂ ਨੂੰ ਸ਼ਾਰਟ ਚ ਖਤਮ ਕਰਨੀ ਪੈਣੀ ਜੀ ਸਮਾਂ। ਸ਼ਾਰਟ ਕੱਟ ਗੱਲ ਕਰ, ਨਵਾਬ ਜੀ ਬਹਿ ਗਿਆ, ਬੰਦੇ ਜਿਹੜੇ ਨਾਲ ਸੀ ਬਹਿ ਗਿਆ, ਜਿਲੇ ਬੈਠੇ ਉਹ ਕਹਿੰਦੇ ਦੱਸੋ ਕੀ ਗੱਲ। ਉਹ ਕਹਿੰਦਾ ਮੇਰੇ ਮੁੰਡੇ ਦਾ ਬੰਨ ਪਿਆ, ਇਹ ਸਾਫ਼ ਹੋਣਾ ਚਾਹੀਦਾ। ਕਹਿੰਦਾ ਮੈਨੂੰ ਕੀ ਦਿਓਗੇ? ਉਹ ਕਹਿੰਦਾ ਜੋ ਮੰਗੇ ਜੀ, ਦੁਖੀ ਹੁੰਦਾ ਬੰਦਾ ਕਹਿੰਦਾ ਜੋ ਮੰਗੋ ਦਿਆਂਗੇ। ਉਹ ਕਹਿੰਦਾ ਫਿਰ ਰਾਜ ਦਰਬਾਰ ਲਿਖ ਦੇ ਮੈਨੂੰ। ਅੱਛਾ ਜੀ। ਉਹ ਲਿਖ ਦਿੱਤਾ ਕਾਗਜ਼ ਤੇ। ਅੱਛਾ ਜੀ। ਉਹਨੇ ਮੁੰਡੇ ਦੀ ਪਿੱਠ ਤੇ ਦੋ ਵਾਰੀ ਹੱਥ ਫੇਰਿਆ, ਉਹਨੂੰ ਪਿਸ਼ਾਬ ਵੀ ਆ ਗਈ, ਹਵਾ ਵੀ ਸਰ ਗਈ। ਅੱਛਾ ਜੀ। ਤੇ ਮੁੰਡੇ ਅਟੈਕ ਹੋ ਗਈ ਤਾਂ 10 ਮਿੰਟ ਬਹਿ ਕੇ ਕਹਿੰਦੇ ਚਲੀਏ, ਕਹਿੰਦਾ ਕਿੱਥੇ ਨੂੰ ਰਾਜ ਦਰਬਾਰ ਤਾਂ ਮੈਨੂੰ ਲਿਖਿਆ ਆ। ਅੱਛਾ ਜੀ। ਫਿਰ ਉਹ ਕਹਿੰਦੇ ਕਾਗਜ਼ ਪਾੜਤਾ ਉਹ। ਜੀ ਜੀ ਜੀ, ਚਲੋ। ਫਿਰ ਉਸ ਲਈ ਕਹਿੰਦਾ ਜੋ ਛੱਜੂ ਦੇ ਜਵਾਰੇ ਉਹ ਵਲਖਣਾ ਵਿਖਾਰੇ, ਕਹਿੰਦਾ ਜੋ ਰੱਬ ਦੇ ਪਿਆਰਿਆਂ ਦੇ ਮਨ ਦੇ ਵਿੱਚ ਆਨੰਦ ਆ ਉਹ ਕਿਤੇ ਵੀ ਨਹੀਂ। ਕੀ ਬਾਤ ਹੈ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਗੱਲ ਬਹੁਤ ਵਧੀਆ ਸੀ, ਗੱਲ ਇਤਿਹਾਸ ਦੀ ਚੱਲਦੀ ਸੀ, ਪਰ ਮੈਂ ਮਾਫ਼ੀ ਚਾਹੁੰਦਾ, ਰੋਕਣੀ ਪਈ। ਕਾਲਾਂ ਅਜੇ ਵੀ ਤੁਹਾਡੀਆਂ ਬਹੁਤ ਸਾਰੀਆਂ ਫਲੈਸ਼ ਕਰ ਰਹੀਆਂ ਨੇ, ਪ੍ਰੋਗਰਾਮ ਮੈਨੂੰ ਹੁਣ ਇੱਥੇ ਖਤਮ ਹੀ ਕਰਨਾ ਪੈਣਾ, ਕਿਉਂਕਿ ਜਿਹੜਾ ਬ੍ਰੇਕ ਸੀਗੀ ਉਹ ਬ੍ਰੇਕ ਦੇ ਵਿੱਚ ਅਸੀਂ ਗੱਲਬਾਤ ਕਰ ਲਈ ਆ। ਸੋ ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ, ਨਾਲ ਦੀ ਨਾਲ ਸਾਡਾ ਵਟਸਐਪ ਨੰਬਰ ਅਤੇ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362। ਕਿਸੇ ਵੀ ਜਾਣਕਾਰੀ ਵਾਸਤੇ, ਜਾਣਕਾਰੀ ਦੇਣ ਵਾਸਤੇ ਜਾਂ ਕਿਸੇ ਪ੍ਰੋਗਰਾਮ ਵਾਸਤੇ ਜਾਂ ਕਿਸੇ ਐਡ ਊਡ ਦੇਣ ਵਾਸਤੇ ਪ੍ਰੋਗਰਾਮ ਫੋਨ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਪਾਣੀ, ਸਰਬੱਤ ਦਾ ਭਲਾ।